ਸ਼ਮਾਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਜੀ। ਅੱਜ ਤਰੀਕ ਹੈ ਜੀ 3 ਜੂਨ ਅਤੇ ਦਿਨ ਹੈ ਸ਼ੁੱਕਰਵਾਰ ਦਾ ਅਤੇ ਤੁਸੀਂ ਜੁੜ ਚੁੱਕੇ ਹੋ ਲਾਈਵ ਬਠਿੰਡਾ ਸਟੂਡੀਓ ਤੋਂ ਅਤੇ ਮੈਂ ਜਸਪ੍ਰੀਤ ਸਿੰਘ ਹਾਜ਼ਰ ਹਾਂ ਜੀ ਪ੍ਰੋਗਰਾਮ ਸ਼ਮਾਦਾਨ ਲੈ ਕੇ। ਪ੍ਰੋਗਰਾਮ ਸ਼ਮਾਦਾਨ ਦੇ ਪਹਿਲੇ ਹਿੱਸੇ ਦੇ ਵਿੱਚ ਸਾਡੇ ਨਾਲ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਗੱਲਬਾਤ ਕਰਨ ਦੇ ਲਈ ਔਨਲਾਈਨ ਦੇ ਜ਼ਰੀਏ ਜੁੜ ਗਏ ਨੇ ਜੀ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਪੱਟੀ। ਸੋ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ। ਸੋ ਪੱਟੀ ਸਾਹਿਬ ਅੱਜ ਸ਼ੁੱਕਰਵਾਰ ਦਾ ਦਿਨ ਹੈ ਜੀ ਅਤੇ 3 ਜੂਨ ਹੈ। ਇਸ ਤੋਂ ਪਹਿਲਾਂ ਕਿ ਆਪਾਂ ਖਬਰਾਂ ਦੇ ਉੱਤੇ ਜਾਈਏ ਤਾਂ ਅੱਜ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਵੀ ਹੈ ਅਤੇ ਰੇਡੀਓ ਪੰਜਾਬ ਟੂਡੇ ਵੱਲੋਂ ਉਹਨਾਂ ਦੇ ਜਿਹੜੇ ਹੈ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੇ ਹਾਂ ਅਤੇ ਉਹਨਾਂ ਵੱਲੋਂ ਜਿਹੜੇ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਉੱਤੇ ਅਸੀਂ ਚੱਲਣ ਦੀ ਵੀ ਸਦਾ ਹੀ ਕੋਸ਼ਿਸ਼ ਕਰਾਂਗੇ ਅਤੇ ਮੈਂ ਚਾਹੂੰਗਾ ਕਿ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਵੀ ਉਹਨਾਂ ਤੋਂ ਹੀ ਕਰੀਏ ਜੀ। ਬਿਲਕੁਲ ਜੀ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਅਰਜਨ ਦੇਵ ਪਾਤਸ਼ਾਹ ਨੂੰ ਸਜਦਾ ਕਰਦੇ ਹਨ। ਅੱਜ ਨਾਨਕਸ਼ਾਹੀ ਕੈਲੰਡਰ ਸੋਧਿਆ ਹੋਇਆ, ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਉਹਨਾਂ ਦਾ ਸ਼ਹੀਦੀ ਪੁਰਬ ਆ, ਜਿਹੜਾ ਵੱਖ ਵੱਖ ਧਾਰਮਿਕ ਸਥਾਨਾਂ ਦੀ ਬੜੀ ਉਤਸ਼ਾਹ ਨਾਲ ਮਨਾਇਆ ਗਿਆ। ਲੋਕਾਂ ਨੇ ਥਾਂ ਥਾਂ ਤੇ ਬਕਾਇਦਾ ਤੌਰ ਤੇ ਜਿਹੜੀ ਛਬੀਲਾਂ ਲਗਾਈਆਂ, ਜੋ ਛਬੀਲ ਦਾ ਧਿਆਰ ਕਿਹਾ ਜਾਂਦਾ, ਜੋੜਵੇਂ ਲੈ ਕਿਹਾ ਜਾਂਦਾ, ਘੁਣੀਆਂ ਦਾ ਪ੍ਰਸ਼ਾਦ ਵੰਡਿਆ ਗਿਆ, ਕੜਾਹ ਪ੍ਰਸ਼ਾਦ ਵੰਡਿਆ ਗਿਆ, ਮਿੱਠੇ ਪੰਜ ਛਬੀਲਾਂ ਲਾਈਆਂ, ਲੋਕਾਂ ਨੇ ਯਾਦ ਕੀਤਾ ਤੇ ਸਪੀਕਰ ਜਿਹੜੇ ਗੁਰੂ ਸਾਹਿਬ ਦੇ ਸ਼ਬਦਾਂ ਦੇ ਲੱਗੇ ਹੋਏ ਸੀ, ਜਿਹੜੇ ਉਹਨਾਂ ਦੀ ਆਪਣੀ ਬਾਣੀ ਲਿਖੀ ਹੋਈ ਸੀ, ਗੁਰਬਾਣੀ ਲਿਖੀ ਹੋਈ ਸੀ, ਔਰ ਇੱਕ ਬੜਾ ਆਨੰਦਮਈ ਜਿਹਾ ਜਿਹੜਾ ਸੀ ਉਹ ਸੀਨ ਬਣਿਆ ਸੀਗਾ ਜੀ। ਔਰ ਬੜੀ ਦੇਰ ਬਾਅਦ ਕਹਿ ਲਈਏ ਆਪਾਂ ਵੀ 3 ਜੂਨ ਨੂੰ ਤੁਹਾਨੂੰ ਪਤਾ ਹੋਏਗਾ, ਜਦੋਂ ਬਕਾਇਦਾ ਤੌਰ ਤੇ ਸਾਕਾ ਮੇਲਾ ਤਾਰਾ ਹੋਇਆ ਸੀ, ਉਦੋਂ ਵੀ ਸ਼ਾਇਦ ਮੈਂ ਬੋਲਦਾ ਨੀ 3 ਜੂਨ ਨੂੰ ਆਇਆ ਸੀਗਾ ਜੀ। ਨਹੀਂ ਤੇ ਆਮ ਤੌਰ ਤੋਂ ਅੱਗੇ ਪਿੱਛੇ ਆ ਜਾਂਦਾ ਵਾ। ਜਿਹੜਾ ਸਾਡਾ ਮੂਲ ਨਾਨਕਸ਼ਾਹੀ ਕੈਲੰਡਰ ਆ ਉਹਦੇ ਮੁਤਾਬਕ 16 ਜੂਨ ਨੂੰ ਇਹ ਮਨਾਇਆ ਜਾਣਾ ਵਾ ਜੀ, ਜਿਹਦੇ ਕਰਕੇ ਪਾਕਿਸਤਾਨ ਜਥਾ ਇਸ ਵਾਰੀ ਇਸੇ ਕਰਕੇ ਨਹੀਂ ਗਿਆ ਵੀ ਇਹ 3 ਜੂਨ ਨੂੰ ਮਨਾਉਂਦੇ ਆ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ 16 ਨੂੰ ਮਨਾਉਂਦੀ ਤੇ ਉਹਨਾਂ ਵਿਜੇ ਨਹੀਂ ਦਿੱਤੇ 3 ਵਾਸਤੇ ਜਥਾ ਦੀ ਗਿਆ। ਅੱਛਾ ਜੀ, ਇਸ ਕਰਕੇ ਸਜਦਾ ਕਰਦੇ ਉਹਨਾਂ ਨੂੰ ਜੀ, ਉਹਨਾਂ ਨੇ ਆਪਣੀ ਜਿਹੜੀ ਇੱਕ ਇਤਿਹਾਸਕ ਕੁਰਬਾਨੀ ਦੇ ਕੇ, ਸ਼ਹਾਦਤ ਦੇ ਕੇ, ਜਿਹੜਾ ਇੱਕ ਬੜਾ ਤਕੜਾ ਸਮਝ ਲਈਏ ਵੀ ਸਮਾਜ ਦੇ ਵਿੱਚ ਨਾਮਨਾ ਇਕੱਠਿਆ ਸੀ, ਇੱਕ ਸਮਾਜ ਨੂੰ ਸੰਦੇਸ਼ ਦਿੱਤਾ ਸੀ ਕੁਰਬਾਨੀ ਦਾ, ਉਹਦਾ ਕਿਤੇ ਵੀ ਮੇਰੇ ਖਿਆਲ ਕੋਈ ਹੋਰ ਕਿਤੇ ਵੀ ਕਿਸੇ ਵੀ ਜਗ੍ਹਾ ਤੇ ਇਤਿਹਾਸ ਦੇ ਵਿੱਚ ਜਿਹੜਾ ਵਾ ਜ਼ਿਕਰ ਨਹੀਂ ਮਿਲਦਾ। ਬਿਲਕੁਲ ਜੀ, ਜਦੋਂ ਇਹਨਾਂ ਨੂੰ ਕਿਹਾ ਗਿਆ ਵੀ ਇਹਨਾਂ ਦਾ ਖੂਨ ਨੀ ਵਗਾਉਣਾ ਤੇ ਕਰਨਾ ਵੀ ਸ਼ਹੀਦ ਹੈ ਤਸੀਹੇ ਦੇ ਦੇ ਕੇ, ਉਸ ਟਾਈਮ ਦੇ ਉੱਤੇ ਇਹਨਾਂ ਨੂੰ ਫਿਰ ਜਿਹੜਾ ਸੀ ਉਹ ਤੱਤੀਆਂ ਲੋਹਾ ਤੇ ਬਿਠਾਇਆ, ਇਹਨਾਂ ਦੇ ਜਿਹੜੇ ਕੇਸ ਸੀ ਉਹਨਾਂ ਦੇ ਵਿੱਚ ਜਿਹੜੀ ਬਲਦੀ ਜਿਹੜੀ ਸੀ ਰੇਤ ਪਾਈ ਗਈ ਜੀ। ਤੇ ਸਾਈਂ ਮੀਆਂ ਮੀਰ ਜੀ ਨੇ ਜਦੋਂ ਕਿਹਾ ਵੀ ਜੇ ਮਹਾਰਾਜ ਹੁਕਮ ਕਰੋ ਮੈਂ ਲਾਹੌਰ ਦੀ ਇੰਟਰਨੈਟ ਖੜਕਾ ਦੂੰਗਾ, ਤੇ ਉਹਨੇ ਕਿਹਾ ਸਾਈਂ ਜੀ ਇਧਰ ਆਓ। ਅੱਛਾ ਜੀ, ਜਦੋਂ ਸਾਈਂ ਜੀ ਕੋਲ ਗਏ ਤੇ ਆਪਣੇ ਸਰੀਰ ਨਾਲ ਲਾਇਆ ਤੇ ਬਿਲਕੁਲ ਕੂਲ ਠੰਡਾ ਸਰੀਰ ਸੀ ਉਹਨਾਂ ਦਾ। ਅੱਛਾ ਜੀ, ਤੁਹਾਨੂੰ ਪਤਾ ਆਹ ਵੀ ਜਿਹੜੀ ਕੀਛੜ ਦੇ ਬੱਲੇ ਅੱਗ ਨੇ ਜਿਹੜੇ ਸੀ ਉਹਨੇ ਲੱਤਾਂ ਲੁੱਤਾਂ ਜਿਹੜੇ ਸੀ ਉਹ ਮਾਸ ਉੱਜੜ ਗਿਆ ਸੀਗਾ, ਮੁੜ ਕੇ ਜਦੋਂ ਇਹਨਾਂ ਦਾ ਸਰੀਰ ਥੋੜਾ ਜਿਹਾ ਦਮੋਇਆ ਜਾ ਗਿਆ ਤੇ ਮੁੜ ਕੇ ਚੁੱਕ ਕੇ ਇਹਨਾਂ ਨੂੰ ਜਿਹੜਾ ਸੀ ਉਹ ਰਾਗ ਛੁੜ ਦਿੱਤਾ ਗਿਆ ਜੀ। ਇਸ ਕਰਕੇ ਪਾਤਸ਼ਾਹ ਦਾ ਜਿਹੜੀ ਇਹ ਪਹਿਲੀ ਕੁਰਬਾਨੀ ਸੀਗੀ ਉਹਨਾਂ ਦੀ ਜਿਹੜੀ ਸੀ ਸਿੱਖ ਇਤਿਹਾਸ ਦੇ ਵਿੱਚ, ਜਿਹੜੀ ਐਡੀ ਵੱਡੀ ਕਰਮੀ ਗੁਰੂਆਂ ਨੂੰ ਦਿੱਤੀ ਗਈ ਸੀਗੀ। ਤੁਹਾਨੂੰ ਪਤਾ ਹੋਏਗਾ ਜਦੋਂ ਬੀਬੀ ਭਾਨੀ ਨੇ ਵਾਰ ਮੰਗਿਆ ਸੀ ਵੀ ਉਹਨਾਂ ਕਿਹਾ ਸੀ ਵੀ ਦੱਸ ਬੀਬੀ ਮੰਗ ਤੇਰੀ ਬੜੀ ਵੱਡੀ ਕੁਰਬਾਨੀ ਹੈ, ਤੂੰ ਜਿਹੜੀ ਮੇਰੀ ਥੱਲੇ ਰੱਖੀ ਸੀ ਚੌਂਕੀ ਰੱਖੀ ਸੀ ਉਹਦਾ ਪੈਰ ਟੁੱਟ ਗਿਆ ਸੀ, ਥੱਲੇ ਆਪਣਾ ਪੈਰ ਦੇ ਦਿੱਤਾ ਸੀ, ਖੂਨ ਵਗਦਾ ਸੀ, ਦੱਸ ਮੰਗ ਕੀ ਮੰਗਦੀ ਹੈ। ਉਹਨੇ ਇੱਕੋ ਗੱਲ ਮੰਗੀ ਸੀ ਵੀ ਗੱਦੀ ਜਿਹੜੀ ਉਹ ਘਰ ਦੇ ਖਰਚ ਰਹਿ ਜਾਵੇ, ਤੇ ਉਹਨੇ ਕਿਹਾ ਬੀਬੀ ਤੂੰ ਮੰਗ ਤੇ ਬੜੀ ਵੱਡੀ ਮੰਗਦੀ ਹੈ, ਲੇਕਿਨ ਕੁਰਬਾਨੀਆਂ ਨਾਲ ਸਜਦਾ ਪ੍ਰਭੂ ਕਰਨਾ ਪਊ ਆਪਣੇ ਪਰਿਵਾਰ ਨੂੰ, ਇਸ ਕਰਕੇ ਵਾਕਿਆ ਹੀ ਉਹ ਕੁਰਬਾਨੀਆਂ ਕਰਨੀਆਂ ਪਈਆਂ ਜੀ। ਅੱਜ ਬਾਕੀ ਸਭ ਕੁਛ ਸਾਡੇ ਸਾਹਮਣੇ ਜੋ ਕੁਛ ਹੈਗਾ ਜੀ ਜੀ, ਇਸ ਕਰਕੇ ਸਜਦਾ ਕਰਦੇ ਗੁਰੂ ਸਾਹਿਬ ਨੂੰ, ਇਤਿਹਾਸ ਦੇ ਪੰਨਿਆਂ ਤੇ ਜੋ ਉਹਦਾ ਅਸੀਂ ਉਹੀ ਜ਼ਿਕਰ ਕਰ ਰਹੇ ਹਾਂ, ਆਪਣੇ ਕੋਲੋਂ ਕੁਛ ਜ਼ਿਕਰ ਨਹੀਂ ਕਰ ਰਹੇ। ਤੇ ਇਸ ਕਰਕੇ ਗੁਰੂ ਸਾਹਿਬ ਦਾ ਜਿਹੜਾ ਦਿਹਾੜਾ ਮਨਾਇਆ ਗਿਆ SDP ਸਿੰਘ ਨੇ ਮਨਾਇਆ, ਲੇਕਿਨ ਸ਼੍ਰੋਮਣੀ ਕਮੇਟੀ ਨੇ ਜਿਹੜੀ ਇੱਕ ਕੀਰਤਨ ਕੀਤਾ ਜਿਹੜਾ 1984 ਚ ਸਾਕਾ ਮੇਲਾ ਕਰਾਇਆ ਸੀ, ਉਹਦੇ ਚ ਇੱਕ ਬੀੜ ਜਿਹੜੀ ਸੀ ਮਹਾਰਾਜ ਦੀ ਉਹਨੂੰ ਗੋਲੀ ਲੱਗੀ ਸੀ। ਅੱਛਾ ਜੀ,
ਜਿਹੜਾ ਬਕਾਇਦਾ ਤੌਰ ਤੇ ਪਿੱਛੇ ਪਾਠੀ ਬੈਠਾ ਸੀਗਾ ਉਸਨੂੰ ਗੋਲੀ ਵੱਜ ਕੇ ਤੇ ਬੀੜ ਚੱਕ ਚਲੀ ਗਈ ਸੀ। ਅੱਛਾ ਜੀ। ਤੇ ਉਹ ਬੀੜ ਦੇ ਦਰਸ਼ਨ ਕਰ ਰਹੇ 2 ਤਰੀਕ ਤੋਂ ਲੈ ਕੇ 5 ਤੱਕ ਸੰਗਤਾਂ ਨੂੰ, ਪਰ ਸਾਡੀ ਇੱਕ ਇਹਨਾਂ ਨੂੰ ਇੱਕ ਬੇਨਤੀ ਆ ਵੀ ਮਿਹਰਬਾਨੀ ਕਰਕੇ ਬਰਗਾੜੀ ਵਾਲੀ ਵੀ ਬੀੜ ਲਾਇਓ ਉੱਥੇ, ਉਹਦੇ ਵੀ ਦਰਸ਼ਨ ਕਰਾ ਦਿਓ ਵੀ ਕਿਸ ਤਰ੍ਹਾਂ ਜਿਹੜੇ ਸੀ ਪੰਥ ਵਿਰੋਧੀਆਂ ਨੇ ਉਹਦੇ ਜਿਹੜੇ ਅੰਗ ਸੀ ਲੀਰੋ ਲੀਰ ਕੀਤੇ ਸੀ ਤੇ ਨਾਲੀਆਂ ਦੇ ਵਿੱਚ ਤੇ ਗਲੀਆਂ ਚ ਖਿਲਾਰੇ ਸੀ। ਬਿਲਕੁਲ ਜੀ। ਉਹ ਵੀ ਲੈ ਕੇ ਰੱਖ ਦਿਓ ਤਾਂ ਵੀ ਲੋਕ ਵੇਖ ਸਕਣ, ਪਰ ਉਹ ਨਹੀਂ ਰੱਖਣੀ, ਉਹਦਾ ਕਾਰਨ ਤੁਹਾਨੂੰ ਪਤਾ ਹੀ ਹੈ ਜੀ। ਬਿਲਕੁਲ। ਤੇ ਸਰਕਾਰ ਆਪਣੀ ਧਿਆਨ ਚਾਹੁੰਦੀ, ਅੱਜ ਤੱਕ ਆਪਾਂ ਬਦਨਾਮ ਕਰਦੇ ਕਾਂਗਰਸ ਨੇ ਆਹ ਕੀਤਾ ਸੀ, ਮੁੜ ਕੇ ਕੀ ਕਵਾਂਗੇ ਉੱਥੇ ਆਪਾਂ। ਇਸ ਕਰਕੇ ਚੰਗੀ ਗੱਲ ਤੇ ਆ ਜੇ ਵਾਕਈ ਤੁਸੀਂ ਇਨਸਾਫ਼ ਕਰਨਾ ਜਾਣਦੇ ਹੋ, ਇਨਸਾਫ਼ ਚਾਹੁੰਦੇ ਹੋ, ਤੇ ਫਿਰ ਉਹ ਬੀੜ ਬੀੜ ਨਾ ਰੱਖੀ ਜਾਵੇ ਤੇ ਚੰਗੀ ਗੱਲ। ਬਿਲਕੁਲ ਜੀ ਜੀ ਭੱਟੀ ਸਾਹਿਬ। ਸੋ ਇਹ ਤਾਂ ਸੀ ਅੱਜ ਦੇ ਦਿਨ ਦਾ ਇਤਿਹਾਸ, ਅਤੇ ਹੁਣ ਅਸੀਂ ਖਬਰਾਂ ਦੇ ਵੱਲ ਵੀ ਚੱਲਾਂਗੇ ਜੀ। ਅਤੇ ਖਬਰਾਂ ਦੀ ਗੱਲ ਕਰੀਏ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿਕਿਉਰਿਟੀ ਦਿੱਤੀ ਗਈ, ਫਿਰ ਖੋਲ੍ਹੀ ਗਈ, ਫਿਰ ਜਿੰਨੀ ਸੀ ਉਹ ਵੀ ਵਾਪਸ ਕਰਤੀ, ਅਤੇ ਬਾਅਦ 'ਚੋਂ ਲੈਣ ਤੋਂ ਵੀ ਨਾ ਕਰ ਦਿੱਤਾ ਗਿਆ। ਪਰ ਹੁਣ ਸਿਕਿਉਰਿਟੀ ਜਿਹੜੀ ਹੈਗੀ ਹੈ ਉਹ ਆ ਗਈ ਜੀ ਕੇਂਦਰ ਤੋਂ, ਅਤੇ ਉਹ ਵੀ ਜ਼ੈਡ ਸੁਰੱਖਿਆ। ਸੋ ਇਸ ਸੁਰੱਖਿਆ ਨੂੰ ਕਿਵੇਂ ਦੇਖਦੇ ਹੋ ਜੀ? ਜਿਹੜੀ ਸੁਰੱਖਿਆ ਹੁੰਦੀ ਹੈ ਜੀ ਉਹ ਤੁਹਾਡੀ CID ਹੈ ਜੀ। ਤੁਸੀਂ ਕਿੱਥੇ ਜਾਂਦੇ ਹੋ, ਕੀ ਕਰਦੇ ਹੋ, ਉਹ ਆਟੋਮੈਟਿਕਲੀ ਸਰਕਾਰ ਜਿਹੜੀ CCTV ਕੈਮਰੇ ਵੇਖ ਰਹੀ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਅੱਛਾ ਜੀ, ਬਿਲਕੁਲ ਜੀ, ਇਹ ਤਾਂ ਸੱਚ। ਜਥੇਦਾਰ ਅਕਾਲ ਤਖ਼ਤ ਨੇ ਬਕਾਇਦਾ ਤੌਰ ਤੇ ਇਹ ਗੱਲ ਕਹੀ ਵੀ ਜੇ 6 ਗਨਮੈਨ ਨਹੀਂ 3 ਜਾਂ 2 ਦਿਨੇ ਤੇ ਇਹ ਵੀ ਲੈ ਲਓ, ਮੇਰੀ ਸਿਕਿਉਰਿਟੀ ਆਪਣੇ ਉੱਤੇ ਕੌਮ ਕਰੇਗੀ ਜੀ। ਕਈ ਸਿੱਖ ਨੌਜਵਾਨਾਂ ਦੇ ਜਹਿਦਾਰ ਸਾਹਿਬ ਨੂੰ ਫੋਨ ਆਇਆ ਵੀ ਸਾਡੇ ਕੋਲ ਲਾਇਸੈਂਸ ਹੀ ਤਿਆਰ, ਜਦੋਂ ਕੋ ਜਿੱਥੇ ਕੁਛ ਤੁਹਾਡੀ ਸੁਰੱਖਿਆ ਕਾ ਵੀ ਤਿਆਰ ਹੋ। ਠੀਕ ਹੈ ਜੀ। ਲੇਕਿਨ 4 ਮੁਲਾਜ਼ਮ ਉਹਨਾਂ ਨੂੰ SGPC ਨੇ ਜਿਹੜੀ ਸੇਵਾ ਦਵਾ ਦਿੱਤੇ ਸੀ ਤੇ 4 ਹੋਰ ਹਥਿਆਰਬੰਦ ਦੇ ਦਿੱਤੇ ਗਏ। ਠੀਕ ਹੈ ਜੀ। ਆਮ ਤੌਰ ਤੇ ਫੌਜੀ ਹੁੰਦੇ ਉਹਨਾਂ ਦੇ ਕੋਲੇ ਆਰਡੀਨਰੀ ਲਾਇਸੈਂਸ ਹੁੰਦੇ, ਕਿਉਂਕਿ ਜਦੋਂ ਰਿਟਾਇਰ ਹੋ ਕੇ ਆਉਂਦੇ ਨਾ ਆਰਮੀ ਦੇ ਵਿੱਚੋਂ, ਉਹਨਾਂ ਦੇ ਫਿਰ ਕਿ ਬੈਂਕ ਦੇ ਵਿੱਚ ਆ ਕਿਤੇ ਹੋਰ ਜਿਹੜੀ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨੀ ਹੁੰਦੀ। ਜਿਹੜੇ ਨੈਸ਼ਨਲ ਬੈਂਕ ਹੈ ਜੇ ਕਿਤੇ ਇੱਥੇ ਤੇ ਕੱਲ ਨੂੰ ਕਿਤੇ ਦੂਸਰੀ ਸਟੇਟ ਬਦਲੀ ਹੋਈ ਤੇ ਫਿਰ ਕੀ ਕਰਨਗੇ ਉਹ? ਇਸ ਕਰਕੇ ਉਹ ਆਪਣਾ ਲਾਇਸੈਂਸ ਜਿਹੜਾ ਮੋਸਟਲੀ ਜਿਹੜਾ ਬਣਾਉਂਦੇ ਆ ਉਦੋਂ ਹੀ ਅਪਲਾਈ ਕਰ ਦਿੰਦੇ ਵੀ ਮੈਂ ਇਹਨੂੰ ਕਮਰਸ਼ੀਅਲ ਯੂਜ਼ ਕਰਨਾ ਚਾਹੁੰਦਾ ਤੇ ਮੇਰਾ ਇਹ ਲਾਇਸੈਂਸ ਜਿਹੜਾ ਆਲਰੇਡੀ ਦਾ ਬਣਾਇਆ ਜਾ ਰਿਹਾ। ਅੱਛਾ ਜੀ। ਜਿਹਦੇ ਵਿੱਚ ਉਹ ਲਾਇਸੈਂਸ ਤੇ ਮਿਲ ਗਏ, ਵੈਸੇ ਵੀ ਸ਼੍ਰੋਮਣੀ ਕਮੇਟੀ ਕੋਲੋਂ ਆਪਣੇ ਹਥਿਆਰ ਵੀ ਹੁੰਦੇ, ਮੈਂ ਤੁਹਾਨੂੰ ਦੱਸ ਰਿਹਾ ਵੀ ਗੱਲ। ਠੀਕ ਹੈ ਜੀ। ਜਦੋਂ ਸਾਕਾ ਨੀਲਾ ਤਾਰਾ ਹੋਇਆ ਤੇ ਮੇਰੇ ਖਿਆਲ 2004-5 ਦੀ ਗੱਲ ਆ, ਕਿੱਥੇ 4-5 ਨਿਕਲ, ਜਦੋਂ ਦਲਬੀਰ ਸਿੰਘ ਸਕੱਤਰ ਸੀਗੇ, ਇੱਕ 2 ਟਰੰਕ ਆਏ, ਇਹ ਚ ਸਮਾਨ ਆ ਜੀ ਉਹਦਾ ਜਿਹੜਾ ਸਾਕਾ ਨੀਲਾ ਤਾਰੇ ਤੋਂ ਏਜੰਸੀ ਚੁੱਕ ਕੇ ਲੈ ਗਏ ਸੀ ਜੀ। ਉਹ ਮੈਨੂੰ ਕਹਿੰਦੇ ਬਹਿ ਜਾ ਖੋਲੀ ਆਪਾਂ, ਉਹ ਬਕਾਇਦਾ ਤੌਰ ਤੇ ਜਿੰਦਰੇ ਤੋੜ ਕੇ ਅਸੀਂ ਖੋਲਿਆ ਤੇ ਉਹਦੇ ਵਿੱਚ ਇੱਕ ਪਿਸਤੌਲ ਨਿਕਲਿਆ ਸੀ, ਜੰਗਾਲ ਦਾ ਖਾਧਾ ਮੰਦਾ ਹਰ ਬੌਂਕੇ ਦਿਹਾੜੇ ਜੀ। ਉਹਦੇ ਵਿੱਚੋਂ ਰੁਮਾਲੇ ਨਿਕਲੇ ਸੀ 1-2 ਪੁਰਾਣੇ, ਉਹਦੇ ਵਿੱਚੋਂ ਕੁਝ ਪੋਥੀਆਂ ਨਿਕਲੀਆਂ ਸੀ, ਬਾਕੀ ਕੁਛ ਨਿਕਲਿਆ ਨੀ ਉਹਦੇ ਵਿੱਚੋਂ ਜੀ। ਜਿੰਨੀ ਆਸ ਨਾਲ ਲੈਂਦੇ ਗਏ ਸੀ ਪਤਾ ਨੀ ਕੀ ਨਿਕਲੂ, ਪਰ ਕੁਛ ਨਿਕਲੇ ਸੀ। ਜਦੋਂ ਉਹ ਪਿਸਤੌਲ ਦੀ ਗੱਲ ਸੀ ਉਦੋਂ ਮੈਂ ਪੁੱਛਿਆ ਕਹਿੰਦਾ ਸਾਡੇ ਕੋਲ SGPC ਦੇ ਆਪਣੇ ਲਾਇਸੈਂਸੀ ਗਾਰ ਹੁੰਦੇ ਨੇ। ਠੀਕ ਹੈ ਜੀ। ਜਦੋਂ ਸਾਕਾ ਨੀਲਾ ਤਾਰਾ ਤੋਂ ਬਾਅਦ ਇਹਨਾਂ ਦੇ ਹਥਿਆਰ ਉੱਥੇ ਪਏ ਸੀ ਦਮਦਮਾ ਸਾਹਿਬ ਤੇ ਉਹ SGPC ਲਿਆਉਣੇ ਸੀਗੇ, ਹਾਲਾਤ ਮਾੜੇ ਸੀਗੇ। ਇਹਨਾਂ ਕੋਲ ਇੱਕ ਮੇਵਾ ਸਿੰਘ ਡਰਾਈਵਰ ਹੁੰਦਾ ਸੀਗਾ। ਅੱਛਾ ਜੀ। ਮੇਵਾ ਸਿੰਘ ਡਰਾਈਵਰ ਬੜਾ ਚੁਸਤ ਚਲਾਕ ਬੰਦਾ ਸੀ, ਉਹਨੇ ਕੀ ਕੀਤਾ ਜਿਹੜੀ ਬੱਸ ਸੀ ਮਿੰਨੀ ਬੱਸ ਸੀ ਉਹਦੇ ਥੱਲੇ ਜਿਹੜੀ ਗਾਲਡਰ ਨੇ ਗੱਡ ਜਿੱਤੇ ਬਾਡੀ ਬਣੀ ਹੁੰਦੀ ਹੈ ਜੀ, ਉਹ ਥੱਲੇ ਬੰਦੂਕਾਂ ਗਾਲਡਰ ਦਾ ਬੰਦੀਆਂ ਕੁੱਟ ਕੇ, ਅੱਛਾ ਜੀ, ਉੱਥੋਂ ਚਲਾ ਕੇ ਤੇ SGPC ਬੱਸ ਲਾਇਆ ਸੀ ਜੀ। ਇਸ ਕਰਕੇ ਮੇਰਾ ਕਹਿਣ ਤੋਂ ਪਹਿਲਾਂ ਆਪਣੇ ਹਥਿਆਰ ਵੀ ਹੁੰਦੇ ਆ ਤੇ ਜਹਿਦਾਰ ਸਾਹਿਬ ਦੇ ਸੀ ਕਰਕੇ ਕਿਹਾ ਸੀ ਵੀ ਜਿਹੜਾ ਮੇਰਾ ਪਿਸਟਲ ਜਿਹੜਾ ਮੇਰਾ ਪਿਸਤੌਲ ਆ ਇਹਨੂੰ ਆਲ ਇੰਡੀਆ ਜਿਹੜਾ ਲਾਇਸੈਂਸ ਕੀਤਾ ਜਾਵੇ ਤਾਂ ਪੰਜਾਬ ਦਾ ਜੀ। ਹੁਣ ਸੈਂਟਰ ਸਰਕਾਰ ਨੇ ਮਹਿਸੂਸ ਕੀਤਾ ਵੀ ਜਥੇਦਾਰ ਇੱਕ ਇੰਪੋਰਟੈਂਟ ਹਸਤੀ ਆ ਤੇ ਇਹਨੂੰ ਖਤਰਾ ਵਾ, ਉਹਨਾਂ ਨੂੰ ਇੰਟੈਲੀਜੈਂਸੀ ਨੇ ਰਿਪੋਰਟ ਕੀਤੀ ਵੀ ਇਹਨੂੰ ਖਤਰਾ ਵਾ, ਕੁਝ ਵੀ ਹੋ ਸਕਦਾ ਵਾ। ਅੱਛਾ ਜੀ। ਤੇ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਕੀਤਾ ਕਿ ਇਹਨਾਂ ਨੂੰ Z+ ਸਿਕਿਉਰਿਟੀ ਦੀ ਲੋੜ ਆ ਜੀ। ਜੇ Z+ ਸਿਕਿਉਰਿਟੀ ਦੀ ਲੋੜ ਆ ਤੇ ਅਜੇ ਤੱਕ ਮੇਰੀ ਜਹਿਦਾਰ ਸਾਹਿਬ ਦੇ ਬੰਦੇ ਨਾਲ ਗੱਲ ਹੋਈ ਪੀਏ ਨਾ ਉਹਨਾਂ ਨੂੰ। ਅੱਛਾ ਜੀ। ਮੈਂ ਕਿ ਜਹਿਦਾਰ ਸਾਹਿਬ ਨੂੰ ਪੁੱਛ ਕੇ ਦੱਸ ਪੀ ਤੇ ਤੁਹਾਡਾ ਕੀ ਰਿਐਕਸ਼ਨ ਆ? ਉਹ ਕਹਿੰਦੇ ਜਦੋਂ ਕੋਈ ਧੂਆ ਨੀ ਕੋਈ ਰੂਆ ਨੀ ਅਖਬਾਰੀ ਖਬਰਾਂ ਚੋਂ ਸਾਨੂੰ ਕੋਈ ਚਿੱਠੀ ਪੱਤਰ ਉਹਦੇ ਰਿਐਕਸ਼ਨ ਨੂੰ ਦੇ ਦਿਆਂਗੇ ਸੀ ਆਪਣਾ ਜੀ।
ਜਦੋਂ ਸਾਡੀ ਥਾਲੀ ਚ ਆਏ ਕੁਛ ਨੀ, ਤੁਸੀਂ ਇਹਨਾਂ ਨੂੰ ਕੀ ਅਸੀਂ? ਠੀਕ ਹੈ ਜੀ। ਇਸ ਕਰਕੇ ਹਾਲ ਦੀ ਕਰੀ ਜਥੇਦਾਰ ਨੇ ਤੇ ਕੋਈ ਰਿਐਕਟ ਨਹੀਂ ਕੀਤਾ। ਉਹਨੇ ਇੱਕੋ ਹੀ ਗੱਲ ਕਹੀ ਵੀ ਜਦੋਂ ਸਾਨੂੰ ਕੋਈ ਲਿਖਤੀ ਪੜ੍ਹਤੀ ਇਹਦੀ ਕਾਰਵਾਈ ਆਊਗੀ ਵੀ ਤੁਹਾਨੂੰ ਆ ਜੈਡ ਪਲ ਸਿਕਿਉਰਿਟੀ ਦਿੱਤੀ ਗਈ ਆ, ਕੋਈ ਫੋਨ ਆਊਗਾ ਫਿਰ ਅਸੀਂ ਰਿਐਕਟ ਕਰਾਂਗੇ ਵੀ ਇਹ ਸਿਕਿਉਰਿਟੀ ਲੈਣੀ ਆ ਜਾਂ ਨਹੀਂ ਲੈਣੀ। ਲੇਕਿਨ ਦੇਸ਼ ਦੀ ਹੋਮ ਮਿਨਿਸਟਰੀ ਨੂੰ ਜੇ ਕਿਤੇ ਏਜੰਸੀਆਂ ਨੇ ਕਿਹਾ ਵੀ ਜਥੇਦਾਰ ਨੂੰ ਖਤਰਾ ਕਿ ਇਹਦਾ ਮਤਲਬ ਕਿਤੇ ਕਿਤੇ ਕੋਈ ਗੜਬੜ ਹੈਗੀ ਆ, ਤੇ ਸਿਕਿਉਰਿਟੀ ਉਹ ਦਿਲ ਦੀ ਮਜ਼ਬੂਤ ਜ਼ਰੂਰ ਕਰਨਗੇ ਤੇ ਸ਼ਾਇਦ ਜਥੇਦਾਰ ਸਾਹਿਬ ਲਾਈਵ ਲੈਣ। ਠੀਕ ਹੈ ਜੀ ਜੀ। ਸੋ ਸਿਕਿਉਰਿਟੀ ਦਾ ਮਸਲਾ ਲਗਾਤਾਰ ਉਲਝਿਆ ਪਿਆ ਜੀ, ਅਤੇ ਸਿਕਿਉਰਿਟੀ ਦੇ ਮਸਲੇ ਦੇ ਵਿੱਚ ਹੀ ਜਿਹੜਾ ਪਿਛਲੇ ਦਿਨੀ ਵੱਡਾ ਕਾਂਡ ਵੀ ਹੋਇਆ ਸੀਗਾ, ਸਿੱਧੂ ਮੂਸੇਵਾਲਾ ਜਿਹੜਾ ਨਾਮੀ ਸਾਡਾ ਸਿੰਗਰ ਸੀ ਸਾਨੂੰ ਵਿਛੋੜਾ ਦੇ ਗਿਆ ਸੀਗਾ ਬੜੇ ਬੁਰੇ ਦਰਦਨਾਕ ਤਰੀਕੇ ਦੇ ਵਿੱਚ, ਅਤੇ ਲਗਾਤਾਰ ਦੋਸ਼ ਲੱਗ ਰਹੇ ਸੀਗੇ ਕਿ ਆਮ ਆਦਮੀ ਪਾਰਟੀ ਜਿਹੜੀ ਸੱਤਾ ਚਲਾ ਰਹੀ ਹੈ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਵੀ ਸਾਂਝਾ ਨਹੀਂ ਕੀਤਾ ਜਾ ਰਿਹਾ। ਪਰ ਅੱਜ ਮੁੱਖ ਮੰਤਰੀ ਸਾਹਿਬ ਪਹੁੰਚੇ ਨੇ ਉਹਨਾਂ ਦੇ ਪਰਿਵਾਰ ਨਾਲ, ਅਤੇ ਨਾਲ ਇੱਕ ਐਲਾਨ ਵੀ ਕੀਤਾ ਕਿ ਹਰ ਹੀਲੇ ਜਿਹੜਾ ਦੋਸ਼ੀਆਂ ਨੂੰ ਫੜਿਆ ਵੀ ਜਾਏਗਾ ਜੀ। ਦੇਖੋ ਸਿੱਧੂ ਮੂਸੇ ਵਾਲੇ ਦਾ ਕਾਂਡ ਜਦੋਂ ਉਹਨਾਂ ਦੇ ਘਰ ਮੁੱਖ ਮੰਤਰੀ ਸਾਹਿਬ ਗਏ ਤੇ ਪਹਿਲਾਂ ਬਿਲਕੁਲ ਇੱਕ ਵਾਰੀ ਰੁਕ ਗਿਆ ਜੀ, ਬਹੁਤ ਵਿਰੋਧ ਹੋ ਰਿਹਾ ਸੀ। ਉਹ ਪਿੰਡ ਦੇ ਲੋਕ ਸੜਕਾਂ ਤੇ ਆ ਗਏ ਸੀ, ਗੇਟ ਅੱਗੇ ਖਲੋ ਗਏ ਸੀ, ਭਗਵੰਤ ਮਾਨ ਨੂੰ ਐਂਟਰ ਨਹੀਂ ਕਰਨ ਦੇਣਾ ਸੀ। ਅੱਛਾ ਜੀ। ਕਿਉਂਕਿ ਇਹਨਾਂ 2500 ਦੇ ਕਰੀਬ ਮੁਲਾਜ਼ਮ ਲਾ ਕੇ ਉਹਨਾਂ ਦੇ ਹੱਥ ਰੱਸੇ ਫੜਾ ਕੇ ਏਦਾਂ ਖੜੇ ਕਰ ਦਿੱਤੇ ਜਿਵੇਂ ਬੜੀ ਵੱਡੀ ਕੋਈ ਹਸਤੀ ਇੱਥੇ ਬੜਾ 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 ਕੁਛ ਹੋ ਰਿਹਾ। ਪਿੰਡ ਨੂੰ ਘੇਰਾ, ਪਹਿਲਾਂ ਪਿੰਡ ਦੇ ਵਿੱਚ ਕੋਈ ਗੈਸ ਵਾਲੀ ਗੱਡੀ ਆਈ ਉਹ ਨਹੀਂ ਆਉਣ ਦਿੱਤੀ, ਕੋਈ ਦੁੱਧ ਵਾਲੀ ਆਈ ਉਹ ਨਹੀਂ ਆਉਣ ਦਿੱਤੀ, ਪਾਣੀ ਵਾਲੀ ਆਈ ਉਹ ਨਹੀਂ ਆਉਣ ਦਿੱਤੀ, ਕੋਈ ਬ੍ਰੈਡ ਵਾਲੀ ਉਹ ਨਹੀਂ, ਕੋਈ ਗੱਡੀ ਨਹੀਂ ਆਉਣ ਦਿੱਤੀ ਅੰਦਰ ਜੀ। ਬਿਲਕੁਲ ਜੀ। ਲੋਕਾਂ ਚ ਰੈਸ ਪੈਦਾ ਆ ਗਿਆ ਵੀ ਤੁਸੀਂ ਇੱਥੇ ਅਫਸੋਸ ਕਰਨ ਆ ਰਹੇ ਹੋ ਕਿ ਰਾਇਲ ਬਣ ਕੇ ਆ ਰਹੇ ਹੋ ਤੁਸੀਂ ਜੀ। ਫਿਰ ਇੱਕ ਵਾਰੀ ਭਗਵੰਤ ਮਾਨ ਰੁਕ ਗਏ। ਅੱਛਾ ਜੀ। ਜਦੋਂ ਲੋਕਾਂ ਨੇ ਰੌਲਾ ਪਾਇਆ ਤੇ ਫਿਰ ਜਿਹੜੇ ਉਹ ਨਾਕੇ ਛਾ ਕੇ ਦੂਰ ਦੂਰ ਲਾਏ ਸੀ ਉਹ ਬੰਦ ਕੀਤੇ, ਭਾਈ ਪਾਸੇ ਹੋ ਜਾਓ। ਉਹ ਕਹਿੰਦੇ ਇੱਕ ਨਵਾਣੇ ਸਿੱਖ ਹੋ ਜੋ ਤੁਸੀਂ ਆਉਣਾ ਮਤ ਘਰ ਦੇ ਉਹਨਾਂ ਦੇ ਪਰਿਵਾਰ ਨਾਲ ਜਿਹੜਾ ਅਫਸੋਸ ਕਰਨਾ ਤੁਸੀਂ ਸਦਕੇ ਆਓ ਜੀ। ਆ ਕੀ ਹੋ ਗਿਆ, ਤੁਸੀਂ ਮੁੱਖ ਮੰਤਰੀ ਬਣ ਕੇ ਆ ਰਹੇ ਹੋ, ਸਧਾਰਨ ਵਿਅਕਤੀ ਬਣ ਕੇ ਆਓ ਜਾਉਣਾ। ਉਹਦੇ ਵਿੱਚ ਫਿਰ ਉਹਨਾਂ ਨਾਕੇ ਨੂੰ ਹਟਾ ਤੇ ਮੈਨੂੰ ਇੱਕ ਗੱਲ ਯਾਦ ਆ ਜੀ, ਪ੍ਰਧਾਨ ਮੰਤਰੀ ਸਾਹਿਬ ਅਟਲ ਬਿਹਾਰੀ ਵਾਜਪੇਈ ਬਣੇ ਸੀ। ਅੱਛਾ ਜੀ। ਇਕਬਾਲ ਸਿੰਘ ਲਾਲਪੁਰ ਸਾਡੇ ਇੱਥੇ ਬਕਾਇਦਾ ਤੌਰ ਤੇ ਸ਼ਾਇਦ ਪ੍ਰਧਾਨ ਮੰਤਰੀ ਸੀ ਜਾਂ ਕਿਤੇ ਮੇਖ ਰਾਣੀ ਨੇ ਕੋਈ ਸ਼ਹਿਰ ਸੀ ਇਹਦੇ ਫੰਕਸ਼ਨ ਦੇ ਉੱਤੇ। ਅੱਛਾ ਜੀ। ਤੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਇਕਬਾਲ ਸਿੰਘ ਲਾਲਪੁਰ ਐਸਪੀ ਸਿਟੀ ਸੀ, ਇਹਦੇ ਰੱਸੇ ਫੜਾ ਤੇ ਪੁਲਿਸ ਵਾਲਿਆਂ ਨੂੰ ਵੀ ਰੱਸੇ ਭਰ ਕੇ ਲਾਈਨ ਫੜ ਕੇ ਖਲੋ ਜਾਓ ਤੁਸੀਂ ਇੱਥੇ ਜੀ। ਜਥੇਦਾਰ ਕਰਤੌੜਾ ਆਈ ਕਹਿੰਦਾ ਇਹ ਕੀ ਡਰਾਮਾ ਬਈ, ਸ਼੍ਰੋਮਣੀ ਕਮੇਟੀ ਇੱਥੋਂ ਉਤਰਦਿਆਂ ਸਾਹ ਦੀ ਪ੍ਰਬੰਧ ਸਾਡਾ ਵਾ, ਜ਼ਿੰਮੇਵਾਰੀ ਸਾਡੀ, ਉਹਨਾਂ 'ਚ ਕੁਛ ਹੁੰਦਾ ਜੀ, ਅਸੀਂ ਆਪੇ ਸੰਭਾਲਾਂਗੇ, ਤੁਸੀਂ ਕੌਣ ਰੱਸੇ ਭਰਨ ਵਾਲੇ? ਨਹੀਂ ਜੀ, ਸਿਕਿਉਰਿਟੀ ਕਹਿੰਦਾ ਫਿਰ ਮੈਂ ਚੱਲਦਾ, ਤੁਸੀਂ ਸੰਭਾਲ ਲਓ ਸਭ ਕੁਛ। ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਇੰਨਾ ਦਬਕਾ ਮਾਰਿਆ ਤੇ ਪੁਲਿਸ ਵਾਲੇ ਉਸੇ ਵੇਲੇ ਬਾਹਰ ਹੋ ਗਏ ਤੇ ਰੱਸੇ ਰੱਸੇ ਚੁੱਕ ਕੇ ਲੈ ਗਏ ਆਪਣੇ। ਜੇਕਰ ਸਿਵਲ ਚੋਂ ਨਹੀਂ ਫਰਕ, ਫਿਰ ਵੀ ਤੁਸੀਂ ਆਪਣੀ ਸੁਰੱਖਿਆ ਤਾਂ ਨਹੀਂ ਕਰ ਲਓ, ਰੱਸੇ ਫੜ ਕੇ ਖੁੱਲਣ ਦਾ ਕੀ ਮਤਲਬ ਹੋਇਆ ਜੀ? ਸੇਮ ਉਹੀ ਪੋਜੀਸ਼ਨ ਅੱਜ ਇਹਨਾਂ ਨੇ ਉੱਥੇ ਕੀਤੀ ਵੀ ਮੁੱਖ ਮੰਤਰੀ ਸਾਹਿਬ ਆ ਰਹੇ ਆ ਤੇ ਪੂਰੀ ਸੁਰੱਖਿਆ ਦੇ ਦਿਓ ਤੇ ਘੇਰੇ ਘੇਰੇ ਪਿੰਡ ਦੇ ਪੁਲਿਸ ਲਾ ਤੀ, ਕਿਸੇ ਨੂੰ ਬਾਹਰ ਨਹੀਂ ਨਿਕਲ ਦੇਣਾ, ਕਿਸੇ ਨੂੰ ਕੰਮ ਤੇ ਨਹੀਂ ਜਾਣ ਦੇਣਾ, ਕਿਸੇ ਸਕੂਲ ਨਹੀਂ ਜਾਣ। ਉੱਥੇ ਲੋਕ ਦੁਖੀ ਹੋ ਗਏ ਇਹਨਾਂ ਕੋਲ ਜੀ, ਤੇ ਉੱਥੇ ਮੁਰਦਾਬਾਦ ਦੇ ਮਾਰੇ ਵੀ ਲੱਗੇ, ਭਗਵੰਤ ਮਾਨ ਨੂੰ ਦੋਸ਼ ਵੀ ਲਾ ਕੇ ਮੂਸੇ ਦਾ ਆਪਣੇ ਸਿੱਧੂ ਮੂਸੇ ਦਾ ਕਾਤਲ ਇਹ ਆ ਜੀ। ਇੱਥੋਂ ਤੱਕ ਕਿ ਐਸ ਐਸ ਪੀ ਅੰਦਰ ਗਿਆ, ਉਹਨੂੰ ਜਾਣ ਦਿੱਤਾ ਘਰ ਦੇ ਅੰਦਰ, ਉਹਨਾਂ ਨੇ ਤੂੰ ਵੀ ਨਹੀਂ ਜਾ ਸਕਦਾ। ਇਹਨਾਂ ਦਾ ਜਿਹੜਾ ਕੱਲ ਅਜੇ ਮਿਲ ਕੇ ਆਇਆ ਸੀ ਇਹਨਾਂ ਦੇ ਪਰਿਵਾਰ ਨੂੰ, ਗੁਰਪ੍ਰੀਤ ਸਿੰਘ ਵਣਾਵਾਲੀ ਸਰਦੂਲਗੜ੍ਹ ਤੋਂ MLA, ਉਹਨੂੰ ਜਾਣ ਦਿੱਤਾ ਜੀ। ਫਿਰ ਕਾਂਗਰਸੀ ਜਿਹੜੇ ਸਾਬਕਾ ਵਿਧਾਇਕ, ਤੁਹਾਨੂੰ ਪਤਾ ਥੋੜੀ ਜਿਹੀ ਹੈਵੀ ਹੋ ਸਕਦੇ ਨੇ, ਸਾਡੇ ਜੀਰੇ ਤੋਂ ਕੁਲਬੀਰ ਸਿੰਘ ਜੀਰਾ, ਉਹ ਤੇ ਉਹਨਾਂ ਦੇ ਨਾਲ ਰਿਸ਼ਤੇਦਾਰ ਸੀ ਮੂਸੇਵਾਲ ਦੇ, ਉਹ ਗਏ, ਉਹਨਾਂ ਨੂੰ ਜਾਣ ਦਿੱਤਾ ਅੰਦਰ ਜੀ। ਉਹ ਕਹਿੰਦੇ ਜੇ ਭਗਵੰਤ ਮਾਨ ਨੂੰ ਫਿਰ ਕੀ ਹੋਇਆ ਯਾਰ, ਅਸੀਂ ਬੰਦੇ ਨੀ, ਸਾਡੇ ਰਿਸ਼ਤੇਦਾਰ ਨੇ ਉਹ। ਅੱਛਾ ਜੀ। ਪਰ ਨਹੀਂ ਜਾਣ ਦਿੱਤਾ ਉਹਨਾਂ ਨੂੰ। ਚਲੋ ਸਿਕਿਉਰਿਟੀ ਹੋਣਾ ਇੱਕ ਚੰਗੀ ਗੱਲ, ਲੇਕਿਨ ਸਿਕਿਉਰਿਟੀ ਇਸ ਤਰੀਕੇ ਦੀ ਨਾ ਹੋਵੇ ਕਿ ਆਮ ਲੋਕ ਪਰੇਸ਼ਾਨ ਹੋ ਜਾਣ ਜੀ। 2002 ਤੋਂ ਲੈ ਕੇ 2007 ਤੱਕ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਜੀ। ਜਦੋਂ ਉਹ ਅੰਮ੍ਰਿਤਸਰ ਆਉਂਦੇ ਸੀ ਦਿਨੇ ਨਹੀਂ, ਰਾਤ ਨੂੰ 2-3 ਵਜੇ ਦਰਬਾਰ ਸਾਹਿਬ ਮੱਥਾ ਟੇਕ ਕੇ ਨਾਲ ਥੋੜੀ ਸਿਕਿਉਰਿਟੀ ਹੁੰਦੀ ਸੀ, ਵਾਪਸ ਚਲੇ ਜਾਂਦੇ ਸੀ। ਅੱਛਾ ਜੀ। ਵੀ ਲੋਕ ਨਾ ਪਰੇਸ਼ਾਨ ਹੋਣ ਯਾਰ ਮੇਰੇ ਕਰਕੇ ਇੱਥੇ ਜੀ।
ਇੱਥੇ ਵੀ ਤੁਸੀਂ ਭਾਈ ਵੇਲੇ ਸਵੇਰੇ ਆ ਜਾਓ, ਚੁੱਪ ਕਰਕੇ ਆਓ, ਕਿਸੇ ਨੂੰ ਦੱਸੋ ਤਾਂ ਤੁਸੀਂ ਜਾ ਰਹੇ। ਤੁਸੀਂ ਪਹਿਲਾਂ ਰੌਲਾ ਪਾਤਾ ਵੀ ਮੁੱਖ ਮੰਤਰੀ ਸਾਹਿਬ ਕੱਲ੍ਹ ਉੱਥੇ ਜਾਣਗੇ ਜੀ, ਉਹਨਾਂ ਦਾ ਅਫਸੋਸ ਪ੍ਰਗਟ ਕਰਨ ਜਾਣਗੇ। ਬਿਲਕੁਲ ਜੀ, ਚੁੱਪ ਚਪੀਤ ਤੇ ਆਓ, ਚਾਰ ਗੱਡੀਆਂ ਲੈ ਕੇ ਆਓ। ਕੀ ਹੋਣ ਲੱਗਾ ਇੱਥੇ, ਤੁਪ ਚੱਲ ਜਾਣੀ ਕਿਤੇ ਜੀ। ਲੇਕਿਨ ਉਹ ਉੱਥੇ ਉਹਨਾਂ ਨਾਲ ਇੱਕ ਘੰਟਾ ਰਿਹਾ ਤੇ ਉਹਨਾਂ ਦੇ ਫਾਦਰ ਨੇ ਇੱਕ ਪੱਤਰ ਦਿੱਤਾ ਵੀ ਸਾਨੂੰ ਇਨਸਾਫ਼ ਚਾਹੀਦਾ ਜੀ। ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਤੁਹਾਨੂੰ 15 ਦਿਨਾਂ 'ਚ ਬੰਦੇ ਫੜ ਕੇ ਅੰਦਰ ਹੋਣਗੇ, ਤੁਹਾਨੂੰ ਇਨਸਾਫ਼ ਮਿਲੇਗਾ ਜੀ। ਉਹ ਕਹਿੰਦੇ ਤੁਹਾਨੂੰ 20 ਦਿਨ ਦਿੱਤੇ, 15 ਨਹੀਂ 20 ਦਿਨ ਦਿੱਤੇ, ਤੁਸੀਂ 20 ਦਿਨਾਂ ਵਿੱਚ ਤੁਹਾਨੂੰ ਇਨਸਾਫ਼ ਦਿਓ, ਕੋਈ ਗੱਲ ਨਹੀਂ, ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ। ਲੇਕਿਨ ਇਹਦੇ ਵਿੱਚ ਜਿਹੜੀਆਂ ਦੋ ਗੈਂਗ ਹੈਗੀਆਂ, ਇੱਕ ਗੋਲਡੀ ਬਰਾੜ ਵਾਲੀ ਜੀ, ਇੱਕ ਹੈਗੀ ਆ ਲਾਰਿਸ ਬਿਸ਼ਨੋਈ। ਅੱਛਾ ਜੀ, ਲਾਰਿਸ ਬਿਸ਼ਨੋਈ ਤੇ ਪਹਿਲੇ ਕਹਿ ਚੁੱਕਾ ਸੀ ਵੀ ਜਦੋਂ ਮੇਰੇ ਕੋਲ ਨਵੀਨਤਮ ਹਥਿਆਰ ਮੰਗੇ ਗਏ ਤੇ ਮੈਂ ਕਹਿਤਾ ਵੀ ਹੁਣ ਗੋਲਡੀ ਬਰਾੜ ਕੋਲ ਮੇਰੇ ਕੋਲ ਇਹਦੇ ਬਾਰੇ ਹੈ ਕੁਛ ਜੀ। ਲੇਕਿਨ ਅਫਸੋਸ ਕਿ ਇਹ ਜਿੰਨੀਆਂ ਵੀ ਗੈਂਗਾਂ ਜੇਲ੍ਹਾਂ ਵਿੱਚ ਚੱਲਦੀਆਂ ਜੀ, ਸਿੱਧੂ ਮੂਸੇ ਵਾਲੇ ਦੇ ਹੱਕ ਦੇ ਵਿੱਚ 6 ਗੈਂਗਾਂ ਉੱਠੀਆਂ। ਇੱਕ ਨੀਰਜ ਭਵਾਨਾ ਵਾ, ਹਾਂਜੀ, ਇਹ ਤਿਹਾੜ ਜੇਲ੍ਹ ਚ ਬੰਦ ਆ, ਇਹਦੀ ਗੈਂਗ ਆਪਣੀ ਹੈਗੀ ਆ ਤੇ ਇਹਦੀ ਗੈਂਗ ਦੇ ਵਿੱਚ ਅੱਜ ਵੀ ਜੇਲ੍ਹ ਤੋਂ ਬਾਹਰ ਘੱਟੋ ਘੱਟ 300 ਤੇ 400 ਜਿਹੜੇ ਜੇ ਮੈਂਬਰ ਹੈਗੇ ਨੀ ਗੈਂਗ ਦੇ। ਅੱਛਾ ਜੀ, ਐਡੇ ਵੱਡੀ ਗੈਂਗ ਆਪ ਜੇਲ੍ਹ ਚ ਬੰਦ ਆ ਜੀ। ਇਹਦੀ ਡਿਊਟੀ ਲੱਗੀ ਸੀ ਵੀ ਜਿਹੜਾ ਛੋਟਾ ਰਾਜਨ ਤਿਹਾੜ ਜੇਲ੍ਹ ਚ ਉਹਨੂੰ ਖਤਮ ਕਰਨਾ, ਲੇਕਿਨ ਉਹ ਸਾਜਿਸ਼ ਲੀਕ ਹੋ ਗਈ ਤੇ ਉਹ ਬਚ ਗਿਆ ਤੇ ਹੁਣ ਛੋਟੇ ਰਾਜਨ ਨੂੰ ਇੱਕ ਵੱਖਰੀ ਕੋਠੀ ਚ ਰੱਖਿਆ ਗਿਆ। ਅੱਛਾ ਜੀ, ਹੁਣ ਇਹਨੇ ਇੰਨੀ ਗੱਲ ਕਹੀ ਹੈ, ਜਿਹੜਾ ਇਹਨੇ ਕਿਹਾ ਵੀ ਵੇਖੋ ਸਿੱਧੂ ਮੂਸੇ ਵਾਲਾ ਜਿਹੜਾ ਸਾਡਾ ਭਰਾ ਸੀ ਜੀ, ਉਹਨੇ ਜੋ ਲਿਖਿਆ ਉਹਨੇ ਜੈ ਬਾਬਾ ਜੀ ਹਿਰਦੇ ਵਿੱਚ ਸਮਾਜ ਪ੍ਰਾਪਤ ਹੋਇਆ ਜੀ, ਭਗਵਾਨ ਉਸਦੀ ਆਤਮਾ ਨੂੰ ਸ਼ਾਂਤੀ ਦੇਣ, ਸਿੱਧੂ ਮੂਸੇ ਵਾਲਾ ਸਾਡਾ ਦਿਲ ਦਾ ਭਾਈ ਸੀ, 2 ਦਿਨ ਦੇ ਅੰਦਰ ਅੰਦਰ ਰਿਜ਼ਲਟ ਦੇਵਾਂਗੇ ਨੀਰਜ ਭਵਾਨਾ ਗੈਂਗ ਜੀ। ਇਹ ਇਸ ਵੇਲੇ ਵੀ ਜਿਹੜਾ ਜੇਲ੍ਹ ਦੇ ਵਿੱਚ ਨੇ ਤੇ ਲੋਕ ਸੁਪਾਰੀਆਂ ਲੈ ਕੇ ਕੰਮ ਕਰਦੇ। ਅੱਛਾ ਜੀ, ਦੂਜਾ ਦਵਿੰਦਰ ਬੀਵਾ ਗੈਂਗ ਜੀ, ਇਹਨਾਂ ਵੀ ਸਿੱਧੂ ਮੂਸੇਵਾਲ ਦੇ ਹੱਕ ਦੇ ਵਿੱਚ ਜਿਹੜਾ ਵਾ ਬਕਾਇਦਾ ਤੌਰ ਤੇ ਇੱਕ ਹਾਹ ਦਾ ਨਾਰਾ ਮਾਰਿਆ। ਇਹਨਾਂ ਕਹਿੰਦੇ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਰਾਮ ਰਾਮ ਸਾਰੇ ਭਰਾਵਾਂ ਨੂੰ। ਅੱਜ ਸਿੱਧੂ ਮੂਸੇਵਾਲ ਦਾ ਕਤਲ ਹੋਇਆ ਹੈ, ਗੋਲਡੀ ਬਰਾੜ ਨੇ ਬਹੁਤ ਗਲਤ ਕੰਮ ਕੀਤਾ ਹੈ, ਇਹ ਹਰ ਵਾਰ ਨਿਰਦੋਸ਼ ਬੰਦੇ ਨੂੰ ਮਾਰਦੇ ਹਨ ਤੇ ਫਿਰ ਆਪਣੇ ਬੰਦੇ ਵੀ ਮਰਵਾਉਂਦੇ ਹਨ। ਤੁਹਾਨੂੰ ਸਾਰਿਆਂ ਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਹੈ ਕਿ ਕਤਲ ਵਿੱਚ ਮਨਕੀਰਤ ਔਲਖ ਦਾ ਵੀ ਹੱਥ, ਕਿਉਂਕਿ ਸਾਰੇ ਗਾਇਕਾਂ ਤੋਂ ਪੈਸਾ ਇਕੱਠਾ ਕਰਕੇ ਸਾਰੀ ਜਾਣਕਾਰੀ ਵੀ ਲਾਰਿਸ ਬਿਸ਼ਨੋਈ ਨੂੰ ਦਿੰਦਾ ਹੈ। ਬਾਕੀ ਤੁਸੀਂ ਜਾਣਦੇ ਹੀ ਹੋਏ ਕਿ ਮਨਕੀਰਤ ਔਲਖ ਨੂੰ ਸੁਰੱਖਿਆ ਦਿੱਤੀ ਗਈ ਹੈ ਬਿਨਾਂ ਕਿਸੇ ਗੱਲ ਦੇ, ਤੇ ਮੂਸੇ ਵਾਲੇ ਦੀ ਸੁਰੱਖਿਆ ਵਾਪਸ ਲੈ ਕੇ ਜਸ਼ਨ ਮਨਾਏ ਗਏ ਜੀ। ਸਿੱਧੂ ਮੂਸੇ ਵਾਲਿਆਂ ਦਾ ਕਿਸੇ ਵੀ ਗੈਂਗ ਨਾਲ ਕੋਈ ਰਿਸ਼ਤਾ ਨਹੀਂ ਸੀ, ਉਹ ਆਮ ਆਪਣੀ ਨਾਰਮਲ ਜ਼ਿੰਦਗੀ ਬਤੀਤ ਕਰ ਰਿਹਾ ਸੀ। ਫਿਰ ਵੀ ਜੇਕਰ ਉਸ ਨੂੰ ਸਾਡੇ ਗਰੁੱਪ ਨਾਲ ਜੋੜ ਹੀ ਰਹੇ ਹੋ ਤਾਂ ਅਸੀਂ ਉਹਦੀ ਮੌਤ ਦਾ ਬਦਲਾ ਜ਼ਰੂਰ ਲਵਾਂਗੇ। ਸਿੱਧੂ ਮੂਸੇ ਵਾਲਾ ਹਮੇਸ਼ਾ ਅਮਰ ਰਹੇ, ਸਾਡੇ ਦਿਲ ਵਿੱਚ ਰਹੇਗਾ। ਦਵਿੰਦਰ ਬਵੀਆ ਗਰੁੱਪ ਜੀ, ਇਹ 2 ਗੈਂਗ ਹੋ ਗਏ ਜੀ। ਤੀਜਾ ਗੈਂਗ ਹੈ ਕੌਸ਼ਲ ਚੌਧਰੀ ਦਾ। ਅੱਛਾ ਜੀ, ਇਹ ਇੱਥੋਂ ਦਾ ਨੀ, ਇਹ ਗੁਰੂਗ੍ਰਾਮ ਦਾ ਰਹਿਣ ਵਾਲਾ ਵਾ ਜੀ, ਇਹ ਵੀ ਜੇਲ੍ਹ ਚ ਆ। ਅੱਛਾ ਜੀ, ਇਹ ਸ਼ਾਇਦ ਹੈ ਗੁਰਦਾਸਪੁਰ ਦੀ ਜੇਲ੍ਹ ਚ। ਅੱਛਾ ਜੀ, ਇਹਦੇ ਤੇ ਦਰਜਨਾ ਕੇਸ ਹੈ ਤੇ ਇਹ ਲੋਕਾਂ ਨੂੰ ਇਹ ਵੀ ਆਪਣੇ ਜਿਹੜੇ ਇਹਦੇ ਜਿਹੜੇ ਲੋਕ ਨੇ ਛੋਟੇ ਮੋਟੇ ਜਿਹੜੇ ਉਹ ਕੰਮ ਕਰਦੇ ਨੇ, ਬਹੁਤੀ ਵੱਡੀ ਨੀ ਗੱਲ ਕਰਦੇ। ਉਹਨੇ ਕਹਿੰਦਾ ਜਾਤ ਦਾ ਬਦਲਾ ਲੈਣਾ ਹੈ, ਨਹੀਂ ਲਵਾਂਗੇ ਤੇ ਜਾਰੀ ਨੀ। ਕੌਸ਼ਲ ਚੌਧਰੀ ਇੱਕ ਭੂਪੀ ਰਾਣਾ ਗੈਂਗ ਜੀ, ਇਹ ਇਸ ਵੇਲੇ ਕਰਨਾਲ ਦੀ ਜੇਲ੍ਹ ਚ, ਇਹਦੇ ਤੇ 25 ਕੇਸ ਚੱਲਦੇ ਆ। ਉਹ ਕਹਿੰਦਾ ਵੀ ਇੱਕ ਤੋਂ ਸਿਆਪ ਸਾਬ ਲਿਆ ਜਾਵੇਗਾ। ਮੂਸੇਵਾਲਾ ਮਾਨਸਾ ਵਿੱਚ ਕਤਲ ਕਰ ਦਿੱਤਾ ਗਿਆ, ਪੰਜਾਬ ਦੇ ਸੰਗੀਤ ਇੰਡਸਟਰੀ ਵਿੱਚ ਜੱਟ ਦੀ ਤੂਤੀ ਬੋਲਦੀ ਸੀ। ਲਾਰਸ ਬਿਸ਼ਨੋਈ ਤੇ ਗੋਲਡੀ ਬਰਾੜ ਝੂਠੀ ਸ਼ੋਹਰਤ ਲਈ ਕਹਿੰਦੇ ਹਨ ਕਿ ਮੂਸੇਵਾਲੇ ਨੇ ਗੁਰਲਾਲ ਬਰਾੜ ਤੇ ਵਿੱਕੀ ਬੁੱਢੀ ਕੁੜੀ ਦਾ ਕਤਲਾ ਜਿਹਾ ਗਰੁੱਪ ਦੀ ਮਦਦ ਕੀਤੀ ਸੀ। ਇਹ ਗੱਲ ਬਿਲਕੁਲ ਝੂਠੀ ਹੈ, ਅਸੀਂ ਜੋ ਵੀ ਕਰਦੇ ਹਾਂ ਆਪਣੇ ਦਮ ਤੇ ਕਰਦੇ ਹਾਂ। ਲਾਰਸ ਗਰੁੱਪ ਜੋ ਵੀ ਕਰਦਾ ਹੈ ਉਸਨੂੰ ਆਪਣੇ ਮਰੇ ਲੋਕਾਂ ਨਾਲ ਜੋੜ ਦਿੰਦਾ ਹੈ। ਜਿਸ ਨੇ ਵੀ ਮੂਸੇਵਾਲੇ ਦੇ ਕਤਲ ਚ ਮਦਦ ਕੀਤੀ ਹੈ ਇੱਕ ਇੱਕ ਨੂੰ ਹਿਸਾਬ ਲਿਆ ਜਾਵੇਗਾ। ਸਿੱਧੂ ਦੇ ਪਰਿਵਾਰ ਦੇ ਦੋਸ਼ੀ ਦਾ ਸਾਡੀ ਹਮਦਰਦੀ ਹੈ, ਅਸੀਂ ਸਿੱਧੂ ਨੂੰ ਵਾਪਸ ਤਾਂ ਨਹੀਂ ਲੈ ਸਕਦੇ ਲੇਕਿਨ ਮੌਤ ਦਾ ਬਦਲਾ ਜ਼ਰੂਰ ਲਵਾਂਗੇ। ਭੂਪੀ ਰਾਣਾ
ਔਰ ਇਸੇ ਗਰੁੱਪ ਨੇ ਇਹ ਵੀ ਰੱਖਿਆ ਵੀ 5 ਲੱਖ ਦਾ ਨਾਮ ਰੱਖਿਆ ਜਿਹੜੇ ਨੂੰ ਸ਼ੂਟਰ ਦਾ ਤੁਹਾਨੂੰ ਨਾਂ ਦੱਸੂਗਾ। ਹਾਂਜੀ ਬਿਲਕੁਲ ਜੀ, ਇਹ ਵੀ ਚਰਚਾ ਦੇ ਵਿੱਚ ਆਈ ਇਹ ਗੱਲ। ਵਿੱਕੀ ਗੌਂਡਰ ਇਹ ਵਿੱਕੀ ਗੌਂਡਰ ਨੂੰ ਪਤਾ ਨਾ 2015 ਚ ਮਾਰਿਆ ਗਿਆ ਸੀਗਾ। ਬਿਲਕੁਲ ਜੀ, ਵਿੱਕੀ ਗੌਂਡਰ ਤੇ ਬ੍ਰਦਰ ਜਿਹਦਾ ਵਿੱਕੀ ਗੌਂਡਰ ਨੇ ਮਾਰਿਆ ਸੀ ਉਹਨੂੰ ਸੁੱਖਾ ਕਾਲਵਾਨ ਜੀ, ਪੁਲਿਸ ਕੋਲ ਖੋਹ ਕੇ ਫਗਵਾੜੇ ਲਾ ਕੇ। ਇਹ ਕਹਿੰਦਾ ਸਤਿ ਸ੍ਰੀ ਅਕਾਲ ਜੀ, ਸਾਰੇ ਭੈਣਾਂ ਭਰਾਵਾਂ ਨੂੰ ਉਮੀਦ ਹੈ ਕਿ ਤੁਸੀਂ ਸਰ ਰਾਜੀਬਾਸ਼ੀ ਹੋਵੋਗੇ। ਅੱਜ ਜੋ ਸਿੱਧੂ ਮੂਸੇਵਾਲ ਦਾ ਹੋਇਆ ਹੈ ਬਹੁਤ ਸ਼ਰਮਨਾਕ ਹੋਇਆ ਹੈ। ਸਿੱਧੂ ਦੇ ਕਤਲ ਦੀ ਲਾਲਚ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ। ਇਹ ਕਤਲ ਸਿਰਫ ਪੈਸੇ ਦੀ ਖਾਤਰ ਆਇਆ ਹੈ। ਇਹ ਕਤਲ ਕਰਾਉਣ ਦਾ ਕੋਈ ਹੋਰ ਨਹੀਂ ਸਗੋਂ ਮਨਕੀਤ ਔਤ ਹੀ ਹੈ। ਜਿੰਨੇ ਵੀ ਸਿੰਗਰ ਹਨ ਉਹਨਾਂ ਦੀਆਂ ਨਿੱਜੀ ਸੂਚਨਾਵਾਂ ਸ਼ੇਅਰ ਕਰਦਾ ਹੈ। ਲਾਲਚ ਬਿਸ਼ਨੋਈ ਤੇ ਗੋਲਡੀ ਬਰਾੜ ਨੇ ਨਾਲ ਮਨਕੀਤ ਔਲਖ ਦੀ ਸੁਰੱਖਿਆ ਵਾਪਸ ਨਹੀਂ ਲਈ ਗਈ। ਸੋਚਣ ਵਾਲੀ ਗੱਲ ਹੈ, ਸ਼ਰਮ ਦੀ ਗੱਲ ਹੈ। ਡੁੱਬ ਕੇ ਮਰ ਜਾਓ ਪੈਸੇ ਦੀ ਖਾਤਰ, ਤੁਸੀਂ ਇੱਕ ਮਾਂ ਦਾ ਹੀਰੇ ਵਰਗਾ ਪੁੱਤ ਖੋ ਲਿਆ। ਤੁਸੀਂ ਇੰਤਜ਼ਾਰ ਕਰੋ, ਮਨਕੀਤ ਔਲਖ, ਲਾਲਚ ਬਿਸ਼ਨੋਈ, ਗੋਲਡੀ ਬਰਾੜ ਨੂੰ ਅਜਿਹਾ ਸਬਕ ਸਿਖਾਇਆ ਜਾਵੇਗਾ ਕਿ ਤੁਸੀਂ ਯਾਦ ਰੱਖੋਗੇ ਤੇ ਅਜਿਹੀ ਫਿਰ ਤੋਂ ਹਰਕਤ ਕਰਨ ਤੋਂ ਪਹਿਲਾਂ ਤੁਸੀਂ 100 ਵਾਰੀ ਸੋਚੋਗੇ। ਮਾਮਲੇ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ, ਜਿਸ ਤੋਂ ਪਤਾ ਚੱਲੇ ਕਿ ਸਾਡਾ ਸਿੱਧੂ ਨਾਲ ਕੋਈ ਜਾਤੀ ਸੰਬੰਧ ਨਹੀਂ ਹੈ। ਬਸ ਇੱਕ ਮਾਂ ਨੇ ਬੇਟੇ ਦਾ ਕਤਲ ਹੋਇਆ ਹੈ, ਇਹਨਾਂ ਨੇ ਬਹੁਤ ਘਟੀਆ ਕੰਮ ਕੀਤਾ ਹੈ ਤੇ ਸਾਡੇ ਗਰੁੱਪ ਨਾਲ ਮੂਸੇਵਾਲ ਦਾ ਕੋਈ ਸੰਪਰਕ ਨਹੀਂ। ਬਾਕੀ ਇਹਨਾਂ ਦਾ ਪੁਰਾਣਾ ਪੇਸ਼ਾ ਹੈ ਕਿ ਮਰੇ ਹੋਏ ਲੋਕਾਂ ਨੂੰ ਇਸਤੇਮਾਲ ਕਰਨਾ। ਅੰਕਿਤ ਭਾਦੂ ਦੇ ਮੁਕਾਬਲੇ ਵਿੱਚ ਵੀ ਗੋਲਡੀ ਬਰਾੜ ਤੇ ਲਾਲਚ ਬਿਸ਼ਨੋਈ ਦਾ ਹੱਥ ਦੱਸਿਆ ਉਹਨਾਂ ਨੇ। ਅੱਛਾ, ਗੁਰਲਾਲ ਬਰਾੜ ਦਾ ਨੁਕਸਾਨ ਵੀ ਕਰ ਲਿਆ। ਪੈਸਿਆਂ ਦੇ ਪਿੱਛੇ ਇਹ ਕੁਝ ਵੀ ਕਰ ਸਕਦੇ ਹਨ। ਜਲਦੀ ਮੁਲਾਕਾਤ ਹੋਏਗੀ, ਜਸਟ ਵੇਟ ਐਂਡ ਵਾਚ। ਵਿੱਕੀ ਗੌਂਡਰ ਤੇ ਬਰਦਰਸ ਜੀ, ਇੱਕ ਤਿੱਲੂ ਤਾਜਪੁਰੀਆ ਗਰੁੱਪ ਆ ਜੀ। ਬਿਲਕੁਲ ਜੀ, ਤਿੱਲੂ ਤਾਜਪੁਰੀਆ ਗਰੁੱਪ ਜਿਹੜਾ ਵਾ, ਤਿੱਲੂ ਜਿਹੜਾ ਵਾ ਇਹ ਬਕਾਇਦਾ ਤੌਰ ਤੇ ਦਿੱਲੀ ਦੀ ਮੰਡੋਲੀ ਜੇਲ੍ਹ ਚ ਬਣਦਾ। ਅੱਛਾ ਜੀ, ਉਹਨੇ ਇੱਕੋ ਹੀ ਗੱਲ ਕੀਤੀ ਵੀ ਸਿੱਧੂ ਮੂਸੇਵਾਲਾ ਸਾਡਾ ਦਿਲ ਦਾ ਭਰਾ ਸੀ, ਉਹਦੀ ਆਤਮਾ ਨੂੰ ਸ਼ਾਂਤੀ ਮਿਲੇ, ਤਿੱਲੂ ਤਾਜਪੁਰੀਆ। ਇਸ ਤਰ੍ਹਾਂ ਦੀ ਇਹਨਾਂ ਦੀਆਂ ਗੱਲਾਂ ਜੀ, ਉਹ ਹੁਣ ਕਹਿ ਰਹੇ ਨੇ ਕਿ ਅਸੀਂ ਸ਼ਨਾਖਤ ਕਰ ਰਹੇ ਹਾਂ। ਆਉਣ ਵਾਲੇ ਸਮੇਂ ਚ ਰੱਬ ਭਲੀ ਕਰੇ ਜੀ, ਇਹੋ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਜੋ ਆ ਕਾਨੂੰਨ ਹੁਣ ਕੰਮ ਆਪਣਾ ਕਰੇ, ਕੱਲ ਨੂੰ ਇਹਨਾਂ ਬਾਕੀ ਜਿਹੜੀ ਅਗਲੀ ਗੱਲ ਆ ਉਹ ਅਗਲੀ ਖਬਰ ਸਾਂਝੀ ਕਰਾਂਗੇ, ਜੋ ਸਾਡੇ ਸੁਖਿੰਦਰ ਸਿੰਘ ਸਾਬਕਾ ਜੇਲ੍ਹ ਮੰਤਰੀ ਨੇ ਕਿਹਾ। ਬਿਲਕੁਲ ਜੀ, ਮੈਂ ਵੀ ਉਸੇ ਖਬਰ ਦੇ ਉੱਤੇ ਆਉਣ ਵਾਲਾ ਸੀ ਜੀ ਜੀ, ਕਿ ਉਹ ਸੁਖਜਿੰਦਰ ਸਿੰਘ ਰੰਧਾਵਾ ਜੀ ਸਾਬਕਾ ਉਪ ਮੁੱਖ ਮੰਤਰੀ ਤੇ ਸਾਬਕਾ ਗ੍ਰਹਿ ਮੰਤਰੀ ਸੂਬੇ ਦੇ ਨੇ। ਉਹਨਾਂ ਨੇ ਕਿਹਾ ਕਿ 47 ਤੋਂ 50 ਗੈਂਗ ਮੌਜੂਦ ਨੇ ਪੰਜਾਬ ਦੇ ਵਿੱਚ, ਅਤੇ ਇਹਨਾਂ ਗੈਂਗਾਂ ਨੂੰ ਕੇਂਦਰੀ ਏਜੰਸੀਆਂ ਵਰਤਦੀਆਂ ਵੀ ਨੇ ਤੇ ਰੈਡੀਕਲ ਗਰੁੱਪ ਵੀ ਵਰਤਦੇ ਆ। ਕਿਵੇਂ ਦੇਖਦੇ ਹੋ ਜੀ ਇਸ ਖਬਰ ਨੂੰ? ਵੇਖੋ, ਉਹ ਕਹਿੰਦੇ 47 ਤੋਂ 50 ਏ ਕੈਟਾਗਰੀ ਦੇ ਗਰੁੱਪ ਅੱਜ ਵੀ ਸਰਗਰਮ ਜੀ। ਇੱਕ ਗਰੁੱਪ ਦੇ ਵਿੱਚ ਘੱਟੋ ਘੱਟ 500 ਮੈਂਬਰ ਸ਼ਾਮਲ ਨੇ। ਅੱਛਾ ਜੀ, ਬਾਕੀ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਕਿੰਨੇ ਮੈਂਬਰ ਸ਼ਾਮਲ ਹੋਣ ਜੀ। ਉਹ ਕਹਿੰਦੇ ਅਸੀਂ ਜਦੋਂ ਜੇਲ੍ਹ ਮੰਤਰੀ ਸੀ ਉਦੋਂ ਅਸੀਂ ਇਹਨਾਂ ਨੂੰ ਇੱਕ ਪਾਸੇ ਕਰਕੇ ਤੇ ਇੱਕ ਡਾਰਕ ਜ਼ੋਨ ਬਣਾਇਆ ਸੀ। ਅੱਛਾ ਜੀ, ਡਾਰਕ ਜ਼ੋਨ ਬਣਾਉਣ ਦੇ ਬਦਲੇ ਜਿਹੜਾ ਸੀ ਉਹ ਮੁੜ ਕੇ ਇਹਨਾਂ ਦੇ ਅਸੀਂ ਜਿਹੜੇ ਸੀ ਜੈਮਰ ਲਾ ਕੇ ਮੋਬਾਈਲ ਬੰਦ ਕਰਤੇ ਤੇ ਫਿਰ ਏਜੰਸੀਆਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੀ ਹੈ ਇਹਨਾਂ ਦੇ ਫੋਨਾਂ ਰਾਹੀਂ ਸਾਨੂੰ ਬੜੀ ਸਾਰੀ ਇਨਫੋਰਮੇਸ਼ਨ ਮਿਲਦੀ ਹੈ, ਤੁਸੀਂ ਕਿਉਂ ਬੰਦ ਕੀਤੀ ਹੈ? ਅੱਛਾ ਜੀ, ਫਿਰ ਇਹਨਾਂ ਨੂੰ ਫਾਇਦ ਮੋਬਾਈਲ ਦੇਣੇ ਪਏ ਜੀ। ਜੇ ਤੁਸੀਂ ਦਿੱਤੇ ਤੇ ਜਿਹੜੇ ਸਪੈਸਿਫਿਕਟ ਕਿਉਂ ਦਿੱਤੇ? ਤੁਸੀਂ ਸਧਾਰਨ ਫੋਨ ਦਿਓ। ਲੇਕਿਨ ਉਹਨਾਂ ਜਿਹੜੇ ਫੋਨ ਦਿੱਤੇ ਗਏ ਉਹਨਾਂ ਦੇ ਉੱਤੇ ਉਹਨਾਂ ਕੰਮ ਕੀਤਾ। ਉਹ ਕਹਿੰਦੇ ਵੀ ਏਜੰਸੀਆਂ ਜੇ ਅਸੀਂ ਬਹੁਤੀ ਸਖ਼ਤੀ ਕਰਦੇ ਹਾਂ ਇਹਨਾਂ ਦੇ ਖਿਲਾਫ਼, ਦਿੱਲੀ ਚ ਕੋਈ ਨਾ ਕੋਈ ਕੇਸ ਦਰਜ ਕਰਕੇ ਧਿਆਨ ਜੇਲ ਲੈ ਜਾਂਦੇ ਤੇ ਆਪਣੀ ਮਨਮਾਨੀ ਕਰਦੇ। ਲਾਲਚ ਬਿਸ਼ਨੋਈ ਨੂੰ ਜਿਹੜਾ 5 ਦਿਨ ਦਾ ਰਿਮਾਂਡ ਲਿਆ ਉਹ ਮੈਨੂੰ ਲੱਗਦਾ ਇਸੇ ਗੱਲ ਦਾ ਹਿੱਸਾ ਵਾ। ਕੋਈ ਦਿੱਲੀ ਚ ਕੇਸ ਹੀ ਕੋਈ ਨੀ, ਦਿੱਲੀ ਚ ਪਰਚਾ ਦਰਜ ਨਹੀਂ ਗਿਆ। ਪਰਚਾ ਦਰਜ ਇੱਥੇ ਮਾਨਸੇ ਚ ਦਰਜ ਆ, ਮਾਨਸਾ ਪੁਲਿਸ ਲੈ ਕੇ ਆ ਵੀ ਦਿੱਲੀ ਪੁਲਿਸ ਪੁੱਛ ਕੇ ਸ਼ਿਕਾਰੀ ਜੀ ਉੱਥੇ ਤਲਾ ਕੇ 5 ਦਿਨ ਵਾਸਤੇ ਹੋ ਗਏ ਜੀ। ਉਹਨਾਂ ਦਾ ਕਹਿਣ ਤੋਂ ਬਾਅਦ ਵੀ ਪੰਜਾਬ ਪੁਲਿਸ ਇੱਥੇ ਪੁੱਛ ਗਿੱਛ ਕਰਕੇ ਚੱਲ ਜੇ, ਉਹਨੂੰ ਮਾਨਸੇ ਨਾ ਭੇਜਿਆ ਜਾਵੇ। ਇਹ ਸਪਸ਼ਟ ਕਰਦਾ ਕਿ ਏਜੰਸੀਆਂ ਕਿਤੇ ਨਾ ਕਿਤੇ ਇਹਨਾਂ ਗੈਂਗਾਂ ਦੇ ਪਿੱਛੇ ਕਰਦੀਆਂ, ਜਿਹੜੀ ਅਸੀਂ ਨੀ ਕਹਿ ਰਹੇ, ਇਹ ਸੁੱਖੀ ਰੰਧਾਵਾ ਕਹਿ ਰਹੇ ਨੇ। ਬਿਲਕੁਲ, ਉਹ ਕਹਿੰਦੇ ਆ ਵੀ ਵੇਖੋ ਇਹੋ ਜਿਹੇ ਨੌਜਵਾਨ ਜਿਹੜੇ ਹੁਣ ਵੇਖੋ ਸਿੱਧੂ ਮੂਸੇਵਾਲਾ ਮਾਰਿਆ ਗਿਆ, ਇਹਦੇ ਵਿੱਚ ਜਦੋਂ ਤੁਸੀਂ ਸਹੀ ਪੜਤਾਲ ਕੀਤੀ ਹੋਵੇ ਤੇ ਸੱਚਾਈ ਸਾਹਮਣੇ ਆ ਜਾਏਗੀ ਕਿ ਮਰਿਆ ਕਿ ਨਹੀਂ। ਪੋਲੀਟੀਕਲ ਮੰਚ ਸਾਹਮਣੇ ਆਏਗਾ ਕੀ ਆ ਕੀ ਨਹੀਂ ਹੈਗਾ। ਜੇ ਹੁਣ ਵੇਖੋ ਇਸ ਕਰਕੇ ਉਹ ਇਹ ਗੱਲ ਕਹਿੰਦੀ ਵੀ ਜਿਹੜੇ ਰੈਡੀਕਲ ਗਰੁੱਪ ਨੇ ਉਹ ਵੀ ਇਹਨਾਂ ਦੀ ਵਰਤੋਂ ਕਰਦੇ ਆ। ਇਹਨਾਂ ਨੂੰ ਪੈਸੇ ਚਾਹੀਦੇ ਹੁੰਦੇ, ਉਹ ਪੈਸੇ ਦਿੰਦੇ ਆ,
ਉਹ ਆਪਣਾ ਕੰਮ ਕਰਾ ਦਿੰਦੇ ਹੋ ਜੀ। ਜੇ ਸੁੱਖੀ ਰੰਧਾਵਾ ਜੀ ਅੱਜ ਤੁਸੀਂ ਕਹਿੰਦੇ ਹੋ ਜਦੋਂ ਤੁਸੀਂ ਆਪ ਜੇਲ੍ਹ ਮੰਤਰੀ ਸੀ ਤੁਸੀਂ ਰੌਲਾ ਪਾਉਂਦੇ ਰਹੇ ਅਸੀਂ ਸੁਧਾਰ ਕਰ ਦੇਵਾਂਗੇ ਅਸੀਂ ਆਹ ਕਰ ਦੇਵਾਂਗੇ ਅਸੀਂ ਜੈਮਰ ਲਾ ਦਿੱਤੀ ਜਿੰਦਰ ਮੋਬਾਇਲ ਨਹੀਂ ਜਾਣਗੇ ਕੁਛ ਨਹੀਂ ਜਾਣਗੇ ਤੁਸੀਂ ਕਹਿੰਦੇ ਹੋ ਜਲਸੀ ਆਪ ਮੋਬਾਇਲ ਦਿੰਦੀ ਉਹਨਾਂ ਨੂੰ ਬਿਲਕੁਲ ਜੀ ਤੇ ਫਿਰ ਸੁਧਾਰ ਦੀ ਕਿੱਥੋਂ ਆਪਾਂ ਆਸ ਰੱਖਣੀ ਹੈ ਜੀ ਜੀ। ਉਹ ਆਪਣੇ ਜੇਲ੍ਹਾਂ ਵੇਖੋ ਜਿੰਨੀ ਆਪਾਂ ਗੱਲ ਕੀਤੀ ਹੈ ਸਾਰੇ ਜੇਲ੍ਹਾਂ 'ਚ ਬੈਠੇ ਸਾਰੇ ਜਿਹੜੇ ਗੈਂਗਸ ਨੇ ਜੇਲ੍ਹਾਂ 'ਚ ਬੈਠੇ ਨੇ ਜੇਲ੍ਹਾਂ 'ਚੋਂ ਕਾਰੇ ਮਿੱਠੇ ਕਰਨ ਡੇ ਨੇ ਬਿਲਕੁਲ ਜੀ। ਜੇ ਮਗਰਲੇ ਪਾਸੇ ਕੋਈ ਸਪੋਰਟ ਹੈਗੀ ਤੇ ਫਿਰ ਕਾਰਵਾਈ ਹੋ ਰਹੀ ਹੈ ਨਾ ਲੇਕਿਨ ਸਿੱਧੂ ਮੂਸੇਵਾਲਾ ਦਾ ਇਹ ਮਰਨਾ ਜਿਹੜਾ ਵਾ ਇੱਥੇ ਸਾਰੇ ਹੀ ਕਹਿ ਰਹੇ ਨੇ ਜੇ ਕਿਤੇ ਪਹਿਲਾਂ ਕੀ ਹੁੰਦਾ ਸੀਗਾ ਕੋਈ ਕਬੱਡੀ ਖਵਾੜੀ ਖਿਡਾਰੀ ਮਾਰਿਆ ਗਿਆ ਦੋ ਦੇ ਰੌਲਾ ਪਿਆ ਤੇ ਜਿਹਨੂੰ ਚੁੱਪ ਸਿੱਧੂ ਮੂਸੇਵਾਲਾ ਦਾ ਕੇਸ ਇਹੋ ਜਿਹਾ ਹੋਇਆ ਵੀ ਇੱਥੇ ਚੁੱਪ ਨੀ ਇਹ ਦਿਨੋ ਦਿਨ ਸਗੋਂ ਇਹਦੀ ਆਵਾਜ਼ ਹੋਰ ਬੁਲੰਦ ਹੁੰਦੀ ਜਾ ਰਹੀ ਜਿਹਦੇ ਕਰਕੇ ਸਰਕਾਰ ਦੀ ਹੁਣ ਜਿਹੜੀ ਕੁੜਕੀ ਫਸੀ ਪਈ ਹੈ ਬਿਲਕੁਲ ਜੀ। ਇਨਸਾਫ਼ ਕਿਉਂ ਨੀ ਮਿਲ ਰਿਹਾ ਜੀ ਉਹਦਾ ਵੀ ਕਾਰਨ ਅੱਜ ਦੀ ਡੇਟ ਤੇ ਪੰਜਾਬ ਸਰਕਾਰ ਦੇ ਤਿੰਨ ਡੈਸਕ ਨੇ। ਅੱਛਾ ਜੀ। ਇੱਕ ਡੈਸਕ ਤੇ ਹੈਗਾ ਵਾ ਭਗਵੰਤ ਮਾਨ ਦਾ ਜਿਹੜਾ ਡੰਮੀ ਡੈਸਕ ਜੀ। ਇੱਕ ਡੈਸਕ ਹੈਗਾ ਵਾ ਰੰਗ ਬਚੰਡਾ ਦਾ ਜਿਹਦੀ ਵੇਖੋ ਜਿੰਨੀਆਂ ਵੀ ਤੁਹਾਡੀਆਂ ਅਮੀਰ ਜਾਦਿਆਂ ਦੀਆਂ ਜਿੰਨੀਆਂ ਦੀਆਂ ਵਪਾਰੀਆਂ ਦੀਆਂ ਜਿੰਨੇ ਵੀ ਦੂਰ ਨੰਬਰ ਧੰਦਾ ਕਰਨ ਵਾਲੇ ਸਾਰਿਆਂ ਦੀ ਗੱਡੀਆਂ ਉਹਦੀ ਕੋਠੀ ਦੇ ਬਾਹਰ ਲੱਗੀਆਂ ਹੁੰਦੀਆਂ। ਅੱਛਾ ਜੀ। ਭਗਵੰਤ ਮਾਨ ਦੀ ਕੋਠੀ ਦੇ ਬਾਹਰ ਪਿਛਲਾ ਕੋਈ ਬਿੱਲ ਪਿਆ ਹੋਇਆ ਤੂੰ ਪਾਸ ਕਰੋ ਮੁੱਖ ਮੰਤਰੀ ਕੋਲ ਆ ਗਈ ਬਾਕੀ ਕੋਈ ਨੀ ਹੁੰਦਾ ਜੀ। ਦੂਜਾ ਅੱਗੇ ਦੂਸਰਾ ਭਗਵੰਤ ਮਾਨ ਦਾ ਇੱਕ ਡੈਸਕ ਹੋ ਗਿਆ ਇੱਕ ਰੰਗ ਚੱਡਾ ਹੋ ਗਿਆ ਰੰਗ ਚੱਡੀ ਇੱਕ ਤੂਤੀ ਬੋਲਦੀ ਇੱਕ 32 ਸਾਲ ਦਾ ਮੁੰਡਾ ਉਹਨੂੰ ਪੰਜਾਬ ਬਾਰੇ ਕੀ ਪਤਾ ਹੈ। ਬਿਲਕੁਲ ਜੀ। ਪੰਜਾਬ ਦੇ ਲੋਕਾਂ ਨੇ ਜਿਹੜਾ ਪਿਛਲਾ ਸੰਤਾਪ ਵਡਾਇਆ ਆਪਣੇ ਪਿੰਡਾਂ ਤੇ ਉਹਨੂੰ ਕੀ ਜਾਣਕਾਰੀ ਦਿੱਤੀ ਹੈਗੀ ਹੈ ਵੀ ਕਿੰਨਾ ਸੰਤਾਪ ਵਡਾਇਆ ਇਸ ਕਰਕੇ ਉਹ ਆਪਣੀ ਮਨਮਾਨੀ ਕਰਦੇ ਆ ਪੁਲਿਸ ਵਾਲਿਆਂ ਨੂੰ ਜਿਹੜੀ ਉਹ ਹੁਣ ਕਿਹਦਾ ਆਰਡਰ ਕਿੱਦਾਂ ਬੰਨੀਏ। ਤੀਜਾ ਡੈਸਕ ਹੈਗਾ ਵਾ ਕੇਜਰੀਵਾਲ ਦਾ ਜੀ। ਕੇਜਰੀਵਾਲ ਦਾ ਡੈਸਕ ਹੁਣ ਕਹਿੰਦੇ ਜਾਂ ਚੀਫ ਸੈਕਟਰੀ ਆ ਉਹ ਕੇਜਰੀਵਾਲ ਨੂੰ ਜਵਾਬ ਦੇਵੇ ਨਾ ਕਿ ਭਗਵੰਤ ਮਾਨ ਨੂੰ ਜਵਾਬ ਦੇਵੇ ਜੀ ਜਿਹਦੇ ਕਰਕੇ ਪੰਜਾਬ ਦੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਪੂਰੀ ਤਰ੍ਹਾਂ ਖਰਾਬ ਹੋਈ ਪਈ ਆ। ਹੁਣ ਜਿਹੜੀਆਂ ਗੱਡੀਆਂ ਅੱਗੇ ਚੰਡੀਗੜ੍ਹ ਨੂੰ ਜਾਂਦੀਆਂ ਸੀ ਹੁਣ ਦਿੱਲੀ ਨੂੰ ਜਾਣੀ ਸ਼ੁਰੂ ਹੋ ਗਈਆਂ ਵੀ ਉੱਥੇ ਬੰਦਾ ਲੱਭੋ ਜੇ ਕੋਈ ਕੰਮ ਕਰਾਉਣਾ ਤੇ ਕੇਜਰੀਵਾਲ ਸਭ ਕੋਈ ਖੜੇ ਹੋ ਗਈ ਹੁਣ ਜੀ। ਸਪੈਸ਼ਲ ਤੌਰ ਤੇ ਅਫਸਰਾਂ ਨੂੰ ਹੁਕਮ ਵੀ ਜੇ ਸਾਡਾ ਕੋਈ MLA ਤੇ ਮੰਤਰੀ ਚੂੰ ਚੜ ਕੇ ਕਰਦਾ ਕੋਈ ਕੰਮ ਕਰਨ ਦੀ ਲੋੜ ਨਹੀਂ ਸਾਨੂੰ ਦੱਸ ਦੇ ਸੀ ਆਪੇ ਸੰਭਾਲ ਲਾਂਗੇ ਜੀ। ਫਿਰ ਸਰਕਾਰ ਕਿੰਨੀ ਸਰਕਾਰ ਕਿਵੇਂ ਚੱਲੂ ਲੋਕ ਕੰਮਾਂ ਨਾਲ ਬੱਝੇ ਨੇ ਜੇ ਕੰਮ ਹੀ ਲੋਕਾਂ ਦੇ ਹੋਣੇ ਤੇ ਫਿਰ ਲੋਕਾਂ ਨੂੰ ਕੀ ਲੋੜ ਤੁਹਾਡੀ ਜਾ ਕੇ ਬੱਲੇ ਬੱਲੇ ਕਰਨ ਦੀ ਫਿਰ ਕਰ ਲੈਣਗੇ ਫੈਸਲਾ ਲੋਕੀ ਜਲਦੀ ਆਪਣਾ। ਬਿਲਕੁਲ ਜੀ ਜੀ। ਤੇ ਹੁਣ ਆਪਾਂ ਅਖੀਰ ਦੇ ਉੱਤੇ ਗੱਲ ਕਰਾਂਗੇ ਜੀ ਸੰਗਰੂਰ ਹਲਕੇ ਦੀ। ਸੋ ਸੰਗਰੂਰ ਦਾ ਲੋਕ ਸਭਾ ਹਲਕਾ ਭਗਵੰਤ ਮਾਨ ਦੇ ਜਿਹੜਾ ਕਿ ਹੈ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਇਆ ਹੋਇਆ ਹੈਗਾ ਅਤੇ ਉੱਥੇ ਇਸ ਵਕਤ ਜਿਹੜਾ ਹੈ ਹਾਲਾਤ ਹੁਣ ਥੋੜ੍ਹੇ ਜਿਹੇ ਚੋਣਾਂ ਵਾਲੇ ਵੀ ਬਣਦੇ ਜਾ ਰਹੇ ਹੈ ਅਤੇ ਇਸੇ ਦੌਰਾਨ ਹੁਣ ਆਮ ਆਦਮੀ ਪਾਰਟੀ ਨੇ ਜਿਹੜਾ ਉਮੀਦਵਾਰ ਹੈ ਉਹ ਐਲਾਨ ਦਿੱਤਾ ਉਹ ਹੈ ਜੀ ਗੁਰਮੇਲ ਸਿੰਘ ਘਰਾਂਚੋਂ ਅਤੇ ਇਸ ਦੇ ਨਾਲ ਹੀ ਆਪਾਂ ਦੇਖੀਏ ਤਾਂ ਪੰਥਕ ਜਥੇਬੰਦੀਆਂ ਦੇ ਵੱਲੋਂ ਰਾਜੋਆਣਾ ਦੀ ਭੈਣ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਉਸ ਨੂੰ ਵੀ ਉਮੀਦਵਾਰ ਐਲਾਨ ਦਿੱਤਾ ਹੈ। ਸੋ ਇਹਨਾਂ ਦੋਨਾਂ ਉਮੀਦਵਾਰੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਜਿੱਥੋਂ ਤੱਕ ਗੁਰਮੇਲ ਸਿੰਘ ਘਰਾਚੋ ਦੀ ਗੱਲ ਮੈਂ ਸੋਚਦਾ ਬਹੁਤ ਸੋਹਣਾ ਕੀਤਾ ਉਹ ਸੰਗਰੂਰ ਜ਼ਿਲ੍ਹੇ ਦਾ ਪ੍ਰਧਾਨ ਵੀ ਹੈ। ਅੱਛਾ ਜੀ। ਬਹੁਤ ਚੰਗਾ ਕੀਤਾ ਪਹਿਲਾਂ ਕਹਿੰਦੇ ਸੀ ਭਗਵੰਤ ਦੀ ਭੈਣ ਨੂੰ ਟਿਕਟ ਦੇ ਦੇਣੀ ਹੈ ਜੀ ਮਾਂ ਨੂੰ ਟਿਕਟ ਦੇ ਦੇਣੀ ਜੀ ਫਲ ਤੇ ਅਸੀਂ ਕਹਿੰਦੇ ਵੀ ਭਗਵੰਤ ਇਹੋ ਜਿਹੀ ਗਲਤੀ ਬਿਲਕੁਲ ਨਹੀਂ ਕਰੇਗਾ ਜੀ। ਜੇ ਉਹਨੇ ਨਹੀਂ ਕੀਤੀ ਚੰਗੀ ਗੱਲ ਹੁਣ ਚਲੋ ਉਹਨਾਂ ਨੇ ਉਮੀਦਵਾਰ ਕਿਹਨੇ ਕੋਈ ਖੜਾ ਕਰਨਾ ਸੀ ਭਗਵੰਤ ਮਾਨ ਕੱਲ੍ਹ ਗਿਆ ਸੀ ਦਿੱਲੀ ਗਿਆ ਸੀ ਦਿੱਲੀ ਤੋਂ ਆਉਣ ਬਾਅਦ ਉਹਨਾਂ ਆਪਣਾ ਉਮੀਦਵਾਰ ਅਨਾਊਂਸ ਕਰਤਾ ਵੀ ਗੁਰਮੇਲ ਸਿੰਘ ਘਰਾਚਵਾਲੀ ਚੋਣ ਲੜੇ ਜੀ। ਦੂਸਰੇ ਸਰਦਾਰ ਸਿਵਲ ਸਿੰਘ ਮਾਨ ਪਹਿਲੇ ਆਪਣੇ ਆਪ ਨੂੰ ਐਲਾਨ ਕਰ ਚੁੱਕੇ ਮੈਂ ਇਲੈਕਸ਼ਨ ਲੜਨੀ ਉੱਥੋਂ। ਬਿਲਕੁਲ ਜੀ। 1000 ਉਮੀਦਵਾਰ ਹੋਰ ਨੇ ਫਾਰਮ ਕਾਗਜ਼ ਭਰੇ ਬਾਕੀ ਕਿਸੇ ਨੇ ਭਰੇ ਨੀ ਜੋ ਮੇਰੀ ਹੁਣ ਤੱਕ ਰਿਪੋਰਟ ਜੀ। ਉਸ ਤੋਂ ਅੱਗੇ ਚੱਲਦੇ ਆ ਵੀ ਜਿਹੜੀਆਂ ਪੰਥਕ ਜਥੇਬੰਦੀਆਂ ਜੀ ਤੁਹਾਨੂੰ ਪਤਾ ਹੋਏਗਾ ਵੀ ਭਾਈ ਬਲਵੰਤ ਸਿੰਘ ਰਾਜੋਆਣ ਦਾ ਤੇ ਅਕਾਲੀ ਦਲ ਬਾਦਲ ਦਾ ਅੰਦਰ ਖੱਤੀ ਸਮਝੌਤਾ ਹੈਗਾ ਹੀ ਹੈਗਾ ਜੀ। ਭਾਈ ਬਲਵੰਤ ਸਿੰਘ ਰਾਜੋਆਣੇ ਦੀ ਜਿਹੜੀ ਫਾਂਸੀ ਮਾਫ ਕਰਾਉਣ ਵਾਸਤੇ ਉਦੋਂ ਅਕਾਲੀ ਦਲ ਬਾਦਲ ਨੇ ਭੂਮਿਕਾ ਨਿਭਾਈ ਸੀ ਤੇ 29 ਮਾਰਚ 2012 ਵਿੱਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਜੀ। ਤੇ ਇੱਕ ਗੋਲੀ ਵੱਜਣ ਨਾਲ ਮੁੰਡਾ ਸ਼ਹੀਦ ਹੋਇਆ ਸੀ ਜਿਹੜਾ ਜਸਪਾਲ ਸਿੰਘ ਚੌੜਸਿੰਘਵਾ ਗੁਰਦਾਸਪੁਰ ਦੇ ਵਿੱਚ। ਅੱਛਾ ਜੀ। ਉਦੋਂ ਇਹਦੀ ਫਾਂਸੀ ਤੇ ਡਦੇ ਹੋ ਗਈ ਸੀ ਇਹਦੀ ਫਾਂਸੀ ਤੇ ਰੁਕ ਗਈ ਸੀਗੀ ਰਾਜੋਆਣੇ ਦੀ ਲੇਕਿਨ ਉਹ ਮੁੰਡਾ ਮਾਰਿਆ ਗਿਆ ਸੀ ਜੀ। ਅੱਜ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਚਲੋ ਖੈਰ ਹੁਣ ਇਹਦੇ ਵਿੱਚ ਬੀਬੀ ਕਮਲਦੀਪ ਕੌਰ ਜਿਹੜੀ ਆ ਕਮਲਜੀਤ ਕੌਰ ਨੂੰ ਇਹਨਾਂ ਨੇ ਪੰਥਕ ਜਥੇਬੰਦੀਆਂ ਨੇ ਐਲਾਨ ਦਿੱਤਾ ਵੀ ਸਾਡੀ ਇਹ ਉਮੀਦਵਾਰ ਇੱਥੋਂ ਹੋਊਗੀ ਜੀ।
लेकिन उन्हें कहता भी ठीक है तुम्हारी गल तुम्हारा सिर मत्थे ते हुक्म, लेकिन मैं अपने भरा जाके राजवाल पूछ के फिर दसूंगा। अच्छा जी, दूजे पासे जिहड़ा अकाली दल बादल उह सोचा च पिया जी इथों कोई उम्मीदवार दिता जाए कि ना दिता जाए, क्यों अज भी अकाली दल बादल की जो हालत आ वह हाशिए पे आ जी, अज भी बहुत ही लोगों च उहदे नां की चर्चा नहीं। सो जिहड़ा सिमरन सिंह मान भावे जो मर्जी आ अज भी उहनूं दीप सिद्धू करके जी मूसे वाले सिद्धू करके बिल्कुल दोवां दे करके उहनूं थोड़ी सिंपथी मिलनी है जी, थोड़ी मिले बहुत ही मिले उहनूं सिंपथी मिलनी है। ਕਿਉਂ ਅਖੀਰਲੀ ਵਾਰੀ ਸਿੱਧੂ ਮੂਸੇਵਾਲੇ ਕਹਿ ਕੇ ਗਿਆ ਸੀ ਤੇ ਮੈਂ ਐਸਪੀ ਉੱਥੋਂ ਮਾਨ ਦੀ ਸਪੋਰਟ ਕਰਨੀ ਜੀ ਬਿਲਕੁਲ ਜੀ। ਮਾਨ ਨੇ ਵੀ ਕਿਹਾ ਸੀਗਾ ਵੀ ਗਿਆ ਸੀ ਅਫਸੋਸ ਵੀ ਕੀਤਾ ਜਾ ਕੇ ਜੋ ਵੀ ਜੋ ਕਰਨਾ ਕੀਤਾ ਸਭ ਕੁਛ। ਹੁਣ ਮਾਨ ਨੇ ਆਪਣੇ ਨੂੰ ਕਹਿਤਾ ਮੈਂ ਇਲੈਕਸ਼ਨ ਲੜਨੀ ਆ, ਇੱਕ ਆਜ਼ਾਦ ਉਮੀਦਵਾਰ ਆ ਗਿਆ, ਇੱਕ ਆਮ ਆਦਮੀ ਦਾ ਘਰ ਚੋਂ ਆ ਗਿਆ, ਹੁਣ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਉਮੀਦਵਾਰ ਕਿਹੜਾ ਹੁੰਦਾ? ਬਿਲਕੁਲ ਜੀ। ਹੁਣ ਉਹਦੇ ਵਿੱਚ ਕਮਲਜੀਤ ਕੌਰ ਆ ਗਈ, ਕਮਲਜੀਤ ਕੌਰ ਦੇ ਸ਼ਾਇਦ ਬੀਜੇਪੀ ਸਪੋਰਟ ਨਾ ਕਰੇ ਉੱਥੇ ਆਪਣਾ ਉਮੀਦਵਾਰ ਦੇਵੇ ਜੀ, ਜੇ ਕਿਤੇ ਉਹ ਵੀ ਸਪੋਰਟ ਕਰ ਦੇਵੇ ਢੀਂਡਸਾ ਵੀ ਸਪੋਰਟ ਕਰਦੇ ਅਕਾਲੀ ਦਲ ਬਾਦਲ ਵੀ ਕਰ ਦੇਵੇ ਤੇ ਇੱਕ ਲੜਾਈ ਬਣ ਜੂ ਜੀ ਬਿਲਕੁਲ ਜੀ। ਤੇ ਜੇ ਇਹਨਾਂ ਨੇ ਵੱਖਰ ਖੜੇ ਕੀਤੇ ਤੇ ਫਿਰ ਤੇ ਸੀਟ ਤੁਹਾਨੂੰ ਪਤਾ ਮੁੰਡਿਆਂ ਵਾਲ ਕੇ ਲਾਈ ਜਾਣਗੇ ਭਗਵੰਤ ਮਾਨ ਹੋਰੀ। ਜੇ ਕਿਤੇ ਸਾਂਝਾ ਉਮੀਦਵਾਰ ਇੰਝ ਲੱਗਦਾ ਵਾ ਵੀ ਹੁਣ ਚਾਹੁੰਦੇ ਇਹੀ ਅਕਾਲੀ ਦਲ ਬਾਦਲ ਵਾਲੇ ਵੀ ਅਸੀਂ ਬੀਬੀ ਕਮਲਜੀਤ ਕੌਰ ਦੀ ਸਪੋਰਟ ਕਰ ਦਈਏ, ਕਿਵੇਂ ਕਰਨੀ ਆ ਇਹਦੇ ਬਾਰੇ ਅਗਲੇ ਇੱਕ ਦਿਨ ਤੱਕ ਸਾਹਮਣੇ ਆ ਜਾਏਗਾ ਵੀ ਸਪੋਰਟ ਕਰਦੇ ਕਿ ਕੀ ਕਰਦੇ ਆ, ਕਿਉਂਕਿ ਉਹਨਾਂ ਦੀ ਬਲਵੰਤ ਸਿੰਘ ਰਾਜੂ ਨਾਲ ਅੱਛੀ ਸਾਂਝ ਹੈਗੀ ਹੈ ਸਾਰੀ ਦੁਨੀਆਂ ਨੂੰ ਪਤਾ ਇਹਦੇ ਬਾਰੇ। ਜੀ 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 ਬਿਲਕੁਲ ਬੱਟੀ ਸਾਹਿਬ। ਸੋ ਇਹ ਸਨ ਅੱਜ ਦੀਆਂ ਪ੍ਰਮੁੱਖ ਖਬਰਾਂ ਜਿਨ੍ਹਾਂ ਦੇ ਉੱਤੇ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ। ਸੋ ਪਿਆਰੇ ਸਰੋਤੇ ਇਹ ਸਨ ਸਰਦਾਰ ਜਸਵੀਰ ਸਿੰਘ ਪੱਟੀ ਜੀ, ਅਤੇ ਇਹਨਾਂ ਨੇ ਖਬਰਾਂ ਦੇ ਉੱਤੇ ਸਾਡੇ ਨਾਲ ਗੱਲਬਾਤ ਕੀਤੀ ਹੈ। ਅਤੇ ਹੁਣ ਵੇਲਾ ਇੱਕ ਬ੍ਰੇਕ ਦਾ ਹੋ ਗਿਆ ਜੀ, ਬ੍ਰੇਕ ਅਸੀਂ ਲਵਾਂਗੇ ਅਤੇ ਬ੍ਰੇਕ ਤੋਂ ਅਗਲੇ ਹਿੱਸੇ ਦੇ ਵਿੱਚ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ ਜੁੜਨਗੇ ਅਤੇ ਉਹ ਵੀ ਚਰਚਾਵਾਂ ਕਰਨਗੇ ਕੁਝ ਅਹਿਮ ਖਬਰਾਂ ਦੇ ਉੱਤੇ। ਪਰ ਉਸ ਤੋਂ ਪਹਿਲਾਂ ਮੈਂ ਆਪ ਸਭ ਦੀਆਂ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਆਪ ਸਭ ਜੀ ਦੇ ਚਹੇਤੇ ਇਸ ਪ੍ਰੋਗਰਾਮ ਦੇ ਐਂਕਰ ਸਰਦਾਰ ਸਵਰਨ ਸਿੰਘ ਦਾਨੇ ਵਾਲੇ ਆ ਜੀ, ਉਹ ਇਸ ਵਕਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਮਰੀਕਾ ਦੀ ਧਰਤੀ ਦੇ ਉੱਤੇ ਮੌਜੂਦ ਨੇ, ਉਹ ਕੈਲੀਫੋਰਨੀਆ ਦੇ ਵਿੱਚ ਪਹੁੰਚੇ ਹੋਏ ਨੇ ਜੀ ਅੱਜ ਕੱਲ੍ਹ ਇਹਨਾਂ ਦਿਨਾਂ ਦੇ ਵਿੱਚ। ਅਤੇ ਕਈ ਜਿਹੜੇ ਸਰੋਤੇ ਨੇ ਉਹਨਾਂ ਵੱਲੋਂ ਉਹਨਾਂ ਦਾ ਨੰਬਰ ਵੀ ਪੁੱਛਿਆ ਜਾ ਰਿਹਾ ਸੀਗਾ, ਸੋ ਨੰਬਰ ਨੋਟ ਕਰ ਲਓ ਜੀ ਉਹਨਾਂ ਦਾ। ਉਹਨਾਂ ਦਾ ਨੰਬਰ ਹੈ ਜੀ 1668 121 8 2098 98 1668 121 8 00 98। ਸੋ ਇਹ ਨੰਬਰ ਹੈ ਜੀ ਸਵਰਨ ਸਿੰਘ ਦਾਨੇਵਾਲੀ ਜੀ ਦਾ। ਜੇਕਰ ਕੋਈ ਉਹਨਾਂ ਨਾਲ ਸਾਂਝ ਪਾਉਣੀ ਚਾਹੁੰਦਾ ਹੋਵੇ, ਉਹਨਾਂ ਨੂੰ ਮਿਲਣਾ ਚਾਹੁੰਦਾ ਹੋਵੇ, ਤਾਂ ਤੁਸੀਂ ਇਸ ਨੰਬਰ ਰਾਹੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ। ਅਤੇ ਇੱਕ ਵਪਾਰਕ ਸੁਨੇਹਾ ਵੀ ਲੈ ਲਈਏ ਕਿ ਵਾਸ਼ਿੰਗਟਨ ਫਰੇਟ ਸਰਵਿਸ ਜੋ ਸਿਆਟਲ ਏਰੀਆ ਦੇ ਵਿੱਚ ਟਰੱਕਰ ਨੂੰ ਲੋਕਲ ਵਰਕ ਪ੍ਰੋਵਾਈਡ ਕਰਦੇ ਹਨ ਤਾਂ ਤੁਸੀਂ ਆਪਣੇ ਪਰਿਵਾਰ ਨਾਲ ਵੱਧੋ ਵੱਧ ਸਮਾਂ ਬਤੀਤ ਕਰ ਸਕਦੇ ਹੋ। ਤੁਹਾਡੀ ਸਹੂਲਤ ਲਈ ਪੰਜਾਬੀ ਅਤੇ ਇੰਗਲਿਸ਼ ਵਿੱਚ ਵੀ ਡਿਸਪੈਚ ਕੀਤੇ ਜਾਂਦੇ ਹਨ। ਕਾਲ ਗੁਰਵਿੰਦਰ ਧਾਲੀਵਾਲ 206-354-4060 ਜੀ। ਸੋ ਇਹ ਸੀ ਇੱਕ ਵਪਾਰਕ ਸੁਨੇਹਾ। ਇਸ ਦੇ ਨਾਲ ਹੀ ਹੁਣ ਅਸੀਂ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਵੀ ਲਵਾਂਗੇ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਅਗਲੇ ਹਿੱਸੇ ਦੇ ਵਿੱਚ ਫਿਰ ਤੋਂ ਇੱਕ ਵਾਰ ਹਾਜ਼ਰ ਹੋਵਾਂਗੇ। ਅਤੇ ਜਿਵੇਂ ਕਿ ਅੱਜ ਸ਼ੁੱਕਰਵਾਰ ਹੈ ਜੀ, ਫਿਰ ਇਸ ਤੋਂ ਬਾਅਦ 2 ਦਿਨ ਦਾ ਸਾਡਾ ਜਿਹੜਾ ਹੈ ਉਹ ਅੰਤਰ ਵੀ ਰਹਿ ਜਾਏਗਾ, ਗੈਪ ਵੀ ਰਹੇਗਾ, ਅਤੇ ਅਸੀਂ 2 ਦਿਨਾਂ ਤੋਂ ਬਾਅਦ ਹੀ ਮਿਲਾਂਗੇ। ਚਲੋ ਫਿਰ ਲਾਲ ਲੈਂਦੇ ਹਾਂ ਜੀ ਇਹ ਆਪਾਂ ਇੱਕ ਨਿੱਕੀ ਜਿਹੀ ਬ੍ਰੇਕ। ਸ਼ਮਾਦਾਨ ਜੀ ਹਾਂ, ਅਕਾਲ ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ, ਜਿਹੜੇ ਹਰ ਤਰ੍ਹਾਂ ਦੀ ਮੇਜਰ ਤੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਕਰਦੇ ਹੈ, ਡੀਓਟੀ ਸੇਫਟੀ ਇੰਸਪੈਕਸ਼ਨਸ ਕਰਦੇ ਹੈ। ਇਹ ਹਰ ਤਰ੍ਹਾਂ ਦੀ ਬ੍ਰੇਕਾਂ ਦੇ ਕੰਮ ਤੋਂ ਲੈ ਕੇ ਸਸਪੈਂਸ਼ਨ, ਟਾਇਰ ਇੰਸਟਾਲੇਸ਼ਨ, ਇਲੈਕਟ੍ਰਿਕ ਐਂਡ ਡਾਇਗਨੋਸ, ਰੀਬਿਲਡ ਟ੍ਰਾਂਸਮਿਸ਼ਨ, ਡਿਫਰੈਂਸ਼ੀਅਲ ਤੇ ਕਲਚ ਜੋਬਸ, ਆਇਲ ਚੇਂਜ, ਹਰ ਇੱਕ ਕੰਮ ਬੜੀ ਤਸੱਲੀ ਨਾਲ ਕਰਦੇ ਹੈ ਜੀ। ਇਹ MPI ਅਪਰੂਵਡ ਨੇ ਔਰ ਹਾਂ, ਇਹ ਸੀਜ਼ਨਲ ਸਰਵਿਸਿਸ ਵੀ ਪ੍ਰੋਵਾਈਡ ਕਰਦੇ ਹੈ। 24 ਘੰਟੇ 7 ਦਿਨ ਦੀ ਸਰਵਿਸਿਸ ਲਈ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ 204-469-2000 ਜਾਂ ਫਿਰ ਕਾਲ ਕਰੋ 204-770-0460। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਵੀ ਆ ਜਿਹੜੀ ਤੂੰ ਟ੍ਰੈਵਲਿੰਗ ਕਰਦਾ ਓਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ?
ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟਰੈਵਲ ਸੈਂਟਰ 14814 ਐਲੋਮ ਸਟਰੀਟ ਲੋਸਟ ਹਿਲਸ। ਫੋਨ ਨੰਬਰ 661-797-2354। ट्रैकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन